ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਗੇਨ ਯੂ ਨੋ ਫਰਵਰੀ ਦਾ ਮਹੀਨਾ, ਪਿਆਰ ਦਾ ਮਹੀਨਾ, ਅਸੀਂ ਗੱਲ ਕਰ ਰਹੇ ਹਾਂ, ਸਾਰੇ ਗੱਲ ਕਰ ਰਹੇ ਹਾਂ ਇਸ ਪਿਆਰ ਦੇ ਬਾਰੇ, ਬਟ ਅਸੀਂ ਥੋੜ੍ਹਾ ਜਿਹਾ ਉਹਨੂੰ ਐਕਸਪੈਂਡ ਕੀਤਾ ਹੋਇਆ। ਅੱਜ ਖਾਸ ਤੌਰ 'ਤੇ ਆਪਣੀਆਂ ਸਟੋਰੀਜ਼ ਦੱਸੋ, ਰਿਗਰੈਟ ਦੇ ਨਾਲ ਮੈਂ ਪਿਆਰ ਨੂੰ ਜੋੜ ਰਹੀ ਹਾਂ ਕਿ ਕੋਈ ਐਸਾ ਪਛਤਾਵਾ ਸਾਰੀ ਜ਼ਿੰਦਗੀ ਵਿੱਚ ਸੋਚ ਕੇ, ਕਿ ਕੋਈ ਐਸੀ ਚੀਜ਼ ਰਿਲੇਸ਼ਨਸ਼ਿਪਸ ਬਾਰੇ, ਕਿਉਂਕਿ ਤੁਹਾਨੂੰ ਪਤਾ ਬਹੁਤ ਸਾਰੀ ਸਟੱਡੀਜ਼ ਹੋਈਆਂ, ਜਦੋਂ ਇਨਸਾਨ ਇਸ ਦੁਨੀਆ ਤੋਂ ਕਿਸੇ ਦੂਸਰੀ ਦੁਨੀਆ ਦੇ ਵਿੱਚ ਜਾਂਦਾ, ਮਤਲਬ ਜਦੋਂ ਇਸ ਦੁਨੀਆ ਤੋਂ ਉਹਦਾ ਟਾਈਮ ਖਤਮ ਹੋ ਜਾਂਦਾ ਡੈਥ ਦੇ ਨੇੜੇ, ਜੋ ਵੀ ਲਾਸਟ ਉਹਨੂੰ ਪੁੱਛਿਆ ਜਾਂਦਾ ਕਿ ਕੋਈ ਐਸਾ ਪਛਤਾਵਾ, ਰਿਗਰੈਟ, ਅਤੇ ਬਹੁਤ ਜ਼ਿਆਦਾ ਵੱਡੀ ਪਰਸੈਂਟੇਜ, ਆਲਮੋਸਟ 30% ਰਿਲੇਸ਼ਨਸ਼ਿਪਸ ਦੇ ਰਿਗਰੈਟਸ ਬਾਰੇ ਗੱਲ ਕਰਦੇ ਆ, ਔਰ ਕੋਈ ਕਮੈਂਟਸ ਤਾਂ ਇੰਨੇ ਸੈਡ ਲੱਗਦੇ ਹੈ ਕਿ ਬੜੇ ਸਿੰਪਲ ਜਿਹੀ ਚੀਜ਼ ਕਿ ਹਾਏ ਮੈਂ ਇਹ ਕੀਤਾ ਹੁੰਦਾ, ਹਾਏ ਮੈਂ ਉਸ ਬੰਦੇ ਨੂੰ ਦੁਬਾਰਾ ਬੁਲਾ ਲਿਆ ਹੁੰਦਾ। ਸੋ ਆਪਣੀ ਲਾਈਫ ਦੇ ਕੋਈ ਵੀ ਐਸੇ ਰਿਗਰੈਟਸ ਕਿ ਜੋ ਲੱਗੇ ਕਿ ਭਾਵੇਂ ਉਹ ਬਿਲਕੁਲ ਸਿੰਪਲ ਤੋਂ ਸਿੰਪਲ, ਕਿ ਮੈਂ ਫਲਾਣੀ ਕਲਾਸ ਦੇ ਵਿੱਚ ਇੱਕ ਯੂ ਨੋ ਕਿਸੇ ਨੂੰ ਬਹੁਤ ਪਸੰਦ ਕਰਦਾ ਸੀ, ਕਾਸ਼ ਮੈਂ ਉਹਨੂੰ ਕਹਿ ਦਿੱਤਾ ਹੁੰਦਾ, ਜੋ ਹੁੰਦਾ ਉਹ ਗੱਲ ਅਲੱਗ ਹੈ, ਬਟ ਮੈਂ ਕਹਿ ਹੀ ਨਹੀਂ। ਔਰ ਕੋਈ ਦੋਸਤ, ਕੋਈ ਮਿੱਤਰ ਜਾਂ ਕੋਈ ਰਿਸ਼ਤੇਦਾਰ, ਭੈਣ ਭਰਾ, ਜ਼ਿੰਦਗੀ ਦੇ ਕਿਸੇ ਮੋੜ ਦੇ ਵਿੱਚ ਛੁੱਟ ਗਿਆ ਹੋਏ, ਨਾਰਾਜ਼ਗੀ ਹੋ ਗਈ ਹੋਏ, ਔਰ ਫਿਰ ਕਦੀ ਇੰਝ ਲੱਗੇ ਕਿ ਯੂ ਨੋ ਬੁਲਾਇਆ ਹੀ ਨਹੀਂ, ਜਾਂ ਬੁਲਾ ਲਿਆ ਪਰ ਇਹ ਸੋਚ ਕੇ ਕਿ ਹਾਏ ਬੜੇ ਸਾਲ ਇੰਝ ਹੀ ਨਿਕਲ ਗਏ। ਕੋਈ ਐਸਾ ਰਿਗਰੈਟ, ਪਛਤਾਵਾ ਜਾਂ ਅੱਜ ਵੀ ਹੈ ਯੂ ਨੋ ਕਿ ਕੋਈ ਮੈਂ ਜਿਹਨੂੰ ਚਾਹੁੰਦਾ ਸੀ, ਚਾਹੁੰਦੀ ਸੀ, ਉਹ ਨਹੀਂ ਮਿਲਿਆ ਕਿਉਂਕਿ ਮੈਂ ਯੂ ਨੋ ਹਿੰਮਤ ਨਹੀਂ ਕੀਤੀ, ਕਰੇਜ ਨਹੀਂ ਕੀਤਾ। ਸੋ ਅੱਜ ਜ਼ਰੂਰ ਭਾਵੇਂ ਤੁਸੀਂ ਆਪਣਾ ਨਾਮ ਦੱਸੋ ਨਾ ਦੱਸੋ, ਇਟਸ ਅਪ ਟੂ ਯੂ, ਬਟ ਜ਼ਰੂਰ ਜ਼ਰੂਰ ਕਾਲ ਕਰੋ ਇਹ ਦੱਸ ਕੇ ਕਿ ਇੱਕ ਮਨ ਦੇ ਵਿੱਚ ਇੱਕ ਰੰਜਿਸ਼, ਇੱਕ ਯੂ ਨੋ ਤਾਂਘ ਰਹਿ ਗਈ ਕਿਸੇ ਵੇਲੇ ਐਸਾ, ਜਿਹਨੂੰ ਅਸੀਂ ਰਿਗਰੈਟ ਕਹਿੰਦੇ ਹਾਂ, ਪਛਤਾਵਾ ਕਹਿੰਦੇ ਹਾਂ, ਕਿ ਹਾਂ ਕਦੀ ਧਿਆਨ ਆਉਂਦਾ, ਭਾਵੇਂ ਹੁਣ ਇੰਨਾ ਵੱਡਾ ਪਛਤਾਵਾ ਨਹੀਂ ਹੈ, ਪਰ ਹਾਂ ਕਿਸੇ ਵੇਲੇ ਧਿਆਨ ਆਉਂਦਾ, ਕਦੀ ਕੋਈ ਐਸਾ ਗਾਣਾ, ਕੋਈ ਐਸੇ ਕੋਈ ਗੱਲ ਹੋਰ ਕਰ ਰਿਹਾ ਹੁੰਦਾ ਹੈ, ਜਾਂ ਕੋਈ ਯੂ ਨੋ ਸੀਰੀਅਲ, ਪਿਕਚਰ, ਮੂਵੀ, ਕਿਸੇ ਹੋਰ ਦੇ ਰਾਹੀਂ ਕੁਛ ਯਾਦ ਆਉਂਦਾ ਇਸ ਤਰ੍ਹਾਂ, ਤਾਂ ਜ਼ਰੂਰ ਆਉਂਦਾ ਕਿ ਆਈ ਵਿਸ਼ ਮੈਂ ਉਸ ਵੇਲੇ ਉਸ ਬੰਦੇ ਨੂੰ ਫੋਗਿਵ ਕਰਤਾ ਹੁੰਦਾ ਅਤੇ ਗਲਵੱਕੜੀ ਪਾ ਲਈ ਹੁੰਦੀ। ਸੋ ਇਹ ਅੱਜ ਅਸੀਂ ਗੱਲ ਕਰ ਰਹੇ ਹਾਂ, ਜ਼ਰੂਰ ਕਾਲ ਕਰੋ ਕੁਛ ਵੀ ਤੁਹਾਡਾ ਇਹਦੇ ਬਾਰੇ, ਅਗਰ ਆਪਣਾ ਐਕਸਪੀਰੀਅੰਸ ਨਹੀਂ ਤਾਂ ਕਿਸੇ ਹੋਰ ਦਾ, ਤੁਹਾਨੂੰ ਲੱਗਦਾ ਕਿ ਹਾਂ ਫਲਾਣਾ ਮੇਰੇ ਨਾਲ ਇੰਝ ਕਰ ਗਿਆ, ਉਹਨੂੰ ਕਦੀ ਪਛਤਾਵਾ ਤਾਂ ਹੋਇਆ ਹੋਣਾ ਕਿ ਉਹਨੇ ਇੰਝ ਮੇਰੇ ਨਾਲ ਕਿਉਂ ਕੀਤਾ। ਅਗਰ ਦੂਸਰੇ ਦਾ ਵੀ ਤੁਹਾਨੂੰ ਲੱਗਦਾ ਕਿ ਉਹ ਜ਼ਰੂਰ ਰਿਗਰੈਟ ਕਰਦਾ ਹੋਣਾ ਕੋਈ, ਕਿਉਂਕਿ ਉਹਨੇ ਮੇਰੇ ਨਾਲ ਇੰਝ ਕੀਤਾ ਪਰ ਮੈਂ ਯੂ ਨੋ ਉਹਨੂੰ ਵਾਪਸ ਇਸ ਤਰ੍ਹਾਂ ਕੀਤਾ, ਸੋ ਬਾਅਦ ਵਿੱਚ ਉਹ ਰਿਗਰੈਟ ਤਾਂ ਜ਼ਰੂਰ ਕਰਦਾ ਹੋਣਾ, ਪਛਤਾਉਂਦਾ ਤਾਂ ਜ਼ਰੂਰ ਹੋਣਾ ਕਿ ਮੈਂ ਕਿਉਂ ਕੀਤਾ। ਸੋ ਇਸ ਤਰ੍ਹਾਂ ਦੀ ਗੱਲ ਅਸੀਂ ਅੱਜ ਕਰ ਰਹੇ ਹਾਂ, ਜੋੜ ਕੇ ਰਿਸ਼ਤਾ ਕਿਸੇ ਨਾਲ ਵੀ ਯੂ ਨੋ ਬੋਏਫ੍ਰੈਂਡ, ਗਰਲਫ੍ਰੈਂਡ, ਹਸਬੈਂਡ, ਵਾਈਫ, ਮਾਂ ਪਿਓ, ਸਿਬਲਿੰਗਸ, ਗ੍ਰੈਂਡ ਪੇਰੈਂਟਸ, ਬੜੀ ਵਾਰੀ ਅਸੀਂ ਗ੍ਰੈਂਡ ਪੇਰੈਂਟਸ ਨੂੰ ਬਹੁਤ ਪਿਆਰ ਕਰਦੇ ਹਾਂ, ਪਰ ਕਾਲ ਕਰਨੋ, ਮਿਲਣੋ ਕਿਸੇ ਵੇਲੇ ਰਹਿ ਜਾਂਦਾ, ਕੋਈ ਟਾਈਮ ਐਸਾ ਹੁੰਦਾ ਕਿ ਹਾਏ ਮੈਂ ਉਸ ਵੇਲੇ ਮਿਲ ਲੈਂਦਾ, ਬਾਅਦ ਵਿੱਚ ਸ਼ਾਇਦ ਉਹ ਰਹੇ ਨਹੀਂ। ਯੂ ਨੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮੇਰੇ ਕੋਲ ਪਹੁੰਚਦੀਆਂ ਸਟੋਰੀਜ਼। ਸੋ ਤੁਸੀਂ ਅਗਰ ਇਸ ਤਰ੍ਹਾਂ ਦੀ ਕੋਈ ਵੀ ਤੁਹਾਡੇ ਮਨ ਵਿੱਚ ਹੈਗੀ ਹੈ, ਜ਼ਰੂਰ ਅੱਜ ਸ਼ੇਅਰ ਕਰੋ, ਕਾਲ ਕਰੋ। ਡੈਫੀਨੇਟਲੀ ਅਸੀਂ ਹੋਰ ਸਾਰੀਆਂ ਗੱਲਾਂ ਵੀ ਕਰਾਂਗੇ, ਕਿਉਂਕਿ ਓਵਰਆਲ ਇਹ ਜਿਹੜਾ ਪਿਆਰ ਹੈ, ਇਹ ਜਿਹੜਾ ਮੁਸ਼ੀ ਮੁਸ਼ੀ ਲਵੀ ਡਵੀ ਬਹੁਤ ਵਧੀਆ, ਯੂ ਨੋ ਇੱਕ ਇੰਥੂਜ਼ੀਆਇਜ਼ਮ ਕਰਨ ਵਾਸਤੇ, ਇੱਕ ਚਾਹ ਜਿਹਨੂੰ ਕਹਿੰਦੇ ਹਾਂ, ਥੋੜ੍ਹੀ ਦੇਰ ਵਾਸਤੇ ਉਹ ਜਿਹੜਾ ਪਿੰਕ ਹੋ ਜਾਣਾ ਟਾਊਨ ਦਾ, ਉਹ ਬਹੁਤ ਵਧੀਆ ਗੱਲ ਹੈ, ਹੋਣਾ ਚਾਹੀਦਾ, ਕਿਉਂਕਿ ਕੋਈ ਨਾ ਕੋਈ ਸਾਨੂੰ ਰਿਮਾਈਂਡਰਸ ਚਾਹੀਦੇ ਹੁੰਦੇ, ਇੱਕ ਬੋਰੀਅਤ ਤੋਂ, ਇੱਕ ਰੂਟੀਨ ਤੋਂ ਹਟ ਕੇ ਕੁਛ ਚਾਹੀਦਾ ਹੁੰਦਾ ਤਾਂ ਕਿ ਅਸੀਂ ਯੂ ਨੋ ਇੱਕ ਪੁਸ਼ ਹੋਈਏ, ਕਿਉਂਕਿ ਉਹ ਬੜੀ ਵਾਰੀ ਅਸੀਂ ਭੁੱਲ ਜਾਂਦੇ ਹਾਂ ਆਪਣੇ ਬਹੁਤ ਲਵਡ ਵਨਸ ਨੂੰ ਵੀ ਆਈ ਲਵ ਯੂ ਕਹਿਣਾ। ਸੋ ਇੱਕ ਅੱਛੇ ਰਿਮਾਈਂਡਰਸ ਹੈ ਕਿ ਹਾਂਜੀ ਇਹ ਇੱਕ ਟਾਈਮ ਆਇਆ ਜਿਹੜਾ ਕਿ ਅਸੀਂ ਦੁਬਾਰਾ
ਇਹ ਚੀਜ਼ ਕਹਿ ਸਕਦੇ ਹਾਂ, ਪਰ ਉਹਦੇ ਨਾਲ ਨਾਲ ਇਹ ਸਾਰੀਆਂ ਗੱਲਾਂ ਇੱਕ ਕਰਕੇ ਇਹ ਨਾ ਸੋਚਿਓ ਕਿ ਕੋਈ ਸਾਡਾ ਇਹਦੇ ਵਿੱਚ ਗੋਲ ਨਹੀਂ ਹੈ। ਇਸ ਘੰਟੇ ਦੇ ਵਿੱਚ ਤਕਰੀਬਨ ਅਸੀਂ ਸਾਰੇ ਭਾਵੇਂ ਲਾਈਟਰ ਵੇਨ ਵਿੱਚ ਵੀ ਕਈ ਗੱਲਾਂ ਕਰਦੇ ਹਾਂ, ਗੋਲ ਇਹ ਹੁੰਦਾ ਕਿ ਸ਼ਾਇਦ ਜੇ ਅੱਜ ਅਸੀਂ ਉਸ ਚੀਜ਼ ਨੂੰ ਯਾਦ ਕਰ ਲਈਏ ਤਾਂ ਕਿਸੇ ਹੋਰ ਮੌਕੇ 'ਤੇ ਅਸੀਂ ਉਸ ਘੜੀ ਨੂੰ ਉਸ ਵਿੱਚ ਤਬਦੀਲੀ ਨਹੀਂ ਹੋਣ ਦਾਂਗੇ ਜਿਹਦੇ 'ਚ ਅਸੀਂ ਲੇਟਰ ਔਨ ਰਿਗਰੈਟ ਕਰਾਂਗੇ, ਲੇਟਰ ਔਨ ਪਛਤਾਵਾਂਗੇ। ਸੋ ਅਸੀਂ ਉਸ ਵੇਲੇ ਉਹਨੂੰ ਸੰਭਾਲ ਲਾਂਗੇ। ਸੋ ਲੈਸਨਸ ਹਮੇਸ਼ਾ ਰਿਗਰੈਟਸ ਤੋਂ ਬਹੁਤ ਮਿਲਦੇ ਹੈ, ਪਰ ਕਈ ਵਾਰੀ ਅਸੀਂ ਉਹ ਇਗਨੋਰ ਕਰਕੇ ਉਹਦਾ ਦਰਦ ਮਹਿਸੂਸ ਕਰਦੇ ਰਹਿੰਦੇ ਹਾਂ। ਸੋ ਅੱਜ ਦਾ ਟਾਈਮ ਜ਼ਰੂਰ ਇਸ ਘੰਟੇ ਦੇ ਵਿੱਚ ਸਟੋਰੀਜ਼ ਸ਼ੇਅਰ ਕਰੋ, ਐਂਡ ਟਰੱਸਟ ਮੀ ਵੈਨ ਯੂ ਸ਼ੇਅਰ ਯੋਰ ਸਟੋਰੀ ਉਹਦੇ 'ਚ ਬਹੁਤ ਸਾਰਾ ਫਰਕ ਪੈਂਦਾ, ਮੈਂ ਹਮੇਸ਼ਾ ਕਹਿੰਦੀ ਹਾਂ, ਔਰ ਤੁਹਾਨੂੰ ਤਾਂ ਖੁਦ ਪਤਾ ਹੈ ਬਿਕੋਜ਼ ਯੂ ਸ਼ੇਅਰ। ਜਦੋਂ ਵੀ ਤੁਸੀਂ ਸ਼ੇਅਰ ਕਰਦੇ ਹੋ ਤੁਹਾਨੂੰ ਪਤਾ ਹੈ ਕਿ ਬਹੁਤ ਫਰਕ ਪੈਂਦਾ ਕਿ ਅਸੀਂ ਜਦੋਂ ਕਿਸੇ ਨੂੰ ਆਪਣਾ ਹਮਰਾਜ਼ ਬਣਾ ਕੇ ਉਸ ਚੀਜ਼ ਦੀ ਗੱਲ ਕਹਿ ਦਈਏ, ਆਪਣੇ ਮੂੰਹ ਕੱਢ ਕੇ ਬੋਲ ਜਾਈਏ, ਆਪਣੇ ਕੰਨਾਂ ਨੂੰ ਉਹ ਸੁਣਨ ਦਈਏ। ਕਈ ਵਾਰੀ ਮਨ ਦੇ ਵਿੱਚ ਹੀ ਮਨ ਗੱਲਾਂ ਰਹਿ ਜਾਂਦੀਆਂ, ਸੋ ਜਦੋਂ ਵੀ ਸਾਨੂੰ ਇੱਕ ਉਹ ਸੁਣਨ ਨੂੰ ਮਿਲਦਾ ਭਾਵੇਂ ਆਪਣੀ ਹੀ ਆਵਾਜ਼ ਦੇ ਵਿੱਚ ਕੁਛ ਸ਼ਬਦਾਂ ਦੇ ਵਿੱਚ, ਅਤੇ ਉਹਦੀ ਜਿਹੜੀ ਯੂਨੋ ਹੀਲਿੰਗ ਕਹਿ ਲਓ, ਥੈਰਾਪਿਊਟਿਕ ਇਫੈਕਟ ਹੈ, ਔਰ ਇਵੋਲਵ ਹੋਣਾ ਉਹ ਜਿਹੜੇ ਹਮੇਸ਼ਾ ਮੈਂ ਕਹਿੰਦੀ ਹਾਂ ਕੋਈ ਵੀ ਦੁੱਖ ਜਾਂ ਕੋਈ ਵੀ ਦਰਦ, ਰਿਗਰੈਟ ਪਛਤਾਵੇ ਦਾ ਦਰਦ ਹੈ, ਹਮੇਸ਼ਾ ਉਹਦਾ ਦਰਦ ਨਾਲ ਜੁੜਿਆ ਹੁੰਦਾ। ਸੋ ਉਸ ਦਰਦ ਦਾ ਜਿਹੜਾ ਨਾ ਹਮੇਸ਼ਾ ਇੱਕ ਉਹਦੇ ਵਿੱਚ ਸੀਖ ਛੁਪੀ ਹੁੰਦੀ ਹੈ, ਇੱਕ ਮੌਕਾ ਛੁੱਕਿਆ ਹੁੰਦਾ, ਓਪਰਚੁਨਿਟੀ ਹੁੰਦੀ ਹੈ ਤਾਂ ਕਿ ਅਸੀਂ ਨੈਕਸਟ ਵਾਰੀ ਸ਼ਾਇਦ ਉਸ ਚੀਜ਼ ਨੂੰ ਕਰਨੋਂ ਬਚ ਜਾਈਏ। ਸੋ ਉਸ ਚੀਜ਼ ਦਾ ਇੱਕ ਤਰ੍ਹਾਂ ਨਾਲ ਇਜ਼ਹਾਰ ਕਰਨਾ ਜਾਂ ਉਹਨੂੰ ਐਕਨੋਲੇਜ ਕਰਨਾ ਉਹ ਬਹੁਤ ਜ਼ਰੂਰੀ ਹੈ। ਸੋ ਲੈਟਸ ਡੂ ਦੈਟ ਟੂਡੇ, ਕਿ ਕਾਲ ਮੀ ਆਲ ਆਫ ਯੂ 7187865222 ਦੇ ਉੱਤੇ ਕਾਲ ਕਰੋ ਔਰ ਆਪਣੀ ਗੱਲ ਕਰੋ। ਕਦੀ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਹੋਇਆ ਹੋਏ ਜ਼ਰੂਰ ਦੱਸੋ। ਇੰਜ ਕਰਦੇ ਹਾਂ, ਇੱਕ ਅਸੀਂ ਪਹਿਲੀ ਕਾਲ ਲੈ ਲੈਂਦੇ ਹਾਂ ਤੇ ਫਿਰ ਦੇਖਦੇ ਹਾਂ ਕਿ ਕੀ ਕਹਿ ਰਹੇ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਥੈਂਕ ਯੂ ਫੋਰ ਕਾਲਿੰਗ ਗੁਰਦੀਪ ਜੀ, ਦੱਸੋ। ਵਕਤ ਨੂਰ ਕੋ ਵੀ ਬੇਨੂਰ ਬਣਾ ਦਿੱਤਾ ਹੈ, ਵਕਤ ਫਕੀਰ ਕੋ ਵੀ ਹਜ਼ੂਰ ਬਣਾ ਦਿੱਤਾ ਹੈ, ਵਕਤ ਕੀ ਕਦਰ ਕਰ ਐ ਬੰਦੇ, ਵਕਤ ਕੋਇਲੇ ਕੋ ਵੀ ਕੋਹੇ ਨੂਰ ਬਣਾ ਦਿੱਤਾ ਹੈ। ਜੀ ਜੀ ਜੀ, ਜਿਹਨੇ ਵਕਤ ਨੂੰ ਨਹੀਂ ਸੰਭਾਲਿਆ ਮੇਰੀ ਤਰ੍ਹਾਂ ਉਹਨੂੰ ਸਾਰੀ ਜ਼ਿੰਦਗੀ ਪਛਤਾਵਾ ਰਹਿੰਦਾ। ਵਕਤ ਇੱਕ ਬਹੁਤ ਵੱਡੀ ਚੀਜ਼ ਹੈ। ਮੇਰੇ ਫਾਦਰ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਸੀ, ਦੁਨੀਆਂ ਦਾ ਜੇ ਮੈਂ ਕਹਾਂ ਕਿ ਨੰਬਰ ਇੱਕ ਪਿਆਰ ਜੇ ਮੈਂ ਕਿਸੇ ਨੂੰ ਕਰਦਾ ਤਾਂ ਮੈਂ ਆਪਣੇ ਫਾਦਰ ਨੂੰ ਕਰਦਾ ਸੀ। ਉਹ ਮੇਰੇ ਲਈ ਰੱਬ ਸੀ ਜਿਹਨੇ ਮੈਨੂੰ ਮੋਢਿਆਂ ਤੇ ਚੱਕ ਕੇ ਮੇਲਾ ਦਿਖਾਲਿਆ ਸੀ, ਤੇ ਪਹਿਲੇ ਮੈਨੂੰ ਨਹੀਂ ਸੀ ਪਤਾ ਕਿ ਜਿਹਨੇ ਮੈਨੂੰ ਮੋਢਿਆਂ ਤੇ ਚੁੱਕਿਆ ਉਹ ਮੇਰਾ ਰੱਬ ਹੈ। ਮੈਂ ਅੱਜ ਬਹੁਤ ਪਛਤਾ ਰਿਹਾ। ਮੈਂ ਅਰਵਿੰਦ ਜੀ ਬਹੁਤ ਸ਼ਰਾਬੀ ਸੀ ਜਵਾਨੀ ਦੇ ਵਿੱਚ, ਜਦੋਂ ਕਾਲਜ ਲਾਈਫ ਸੀ, ਮੈਨੂੰ ਅਲਕੋਹਲਿਕ ਹੋ ਗਿਆ ਮੈਂ। ਜੀ ਜੀ ਜੀ, ਸੁਸਾਇਟੀ ਗਲਤ ਮਿਲਣ ਦੇ ਕਾਰਨ। ਮੇਰੇ ਖਾਨਦਾਨ ਦੇ ਵਿੱਚ ਸ਼ਰਾਬ ਨਹੀਂ ਸੀ ਨਾ ਹੈ, ਪਰ ਮੈਂ ਆਪਣੇ ਬਾਪ ਦਾ ਵੱਡਾ ਪੁੱਤ ਹੋ ਕੇ ਕੁਲੱਛਣਾ ਪੁੱਤ ਜਿਹਨੂੰ ਕਹਿੰਦੇ ਆ ਉਹ ਨਿਕਲਿਆ। ਮੈਂ ਹੁਣ ਚੀਜ਼ ਤੋਂ ਦੂਰੀ ਬਣਾ ਲਈ ਹੈ। ਮੈਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ, ਮੈਂ ਹੁਣ ਸ਼ਰਾਬ ਬਿਲਕੁਲ ਨਹੀਂ ਪੀਂਦਾ ਹਾਂ, ਪਰ ਉਹ ਵਕਤ ਜਿਹੜਾ ਮੈਂ ਪਹਿਲਾਂ ਸ਼ੇਰ ਬੋਲਿਆ, ਵਕਤ ਸੰਭਾਲਿਆ ਨਹੀਂ। ਜਦੋਂ ਤੱਕ ਮੇਰੇ ਫਾਦਰ ਸਾਹਿਬ ਜਿੰਦਾ ਸੀ ਮੈਂ ਉਦੋਂ ਤੱਕ ਬਹੁਤ ਕੋਸ਼ਿਸ਼ ਕੀਤੀ, ਇਹ ਨਹੀਂ ਕਿ ਨਹੀਂ ਕੀਤੀ, ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਪਰ ਮੈਂ ਸਫਲ ਨਹੀਂ ਹੋਇਆ। ਪਰ ਹੁਣ ਇਦੋਂ ਬਾਅਦ ਤੰਬਾ ਫੂਕਣ ਦਾ ਕੀ ਫਾਇਦਾ? ਫਾਦਰ ਸਾਹਿਬ ਦੇ ਜੀਂਦਿਆਂ ਤੇ ਮੈਂ ਇਹ ਸਟੈਪ ਚੱਕ ਲੈਂਦਾ ਤਾਂ ਸ਼ਾਇਦ ਉਹਨਾਂ ਨੂੰ ਖੁਸ਼ੀ ਹੁੰਦੀ, ਪਰ ਹੁਣ ਮੈਨੂੰ ਸਾਰੀ ਜ਼ਿੰਦਗੀ ਮਰਨ ਤੱਕ ਬਿਲਕੁਲ ਅਫਸੋਸ ਰਹੇਗਾ ਇਸ ਚੀਜ਼ ਦਾ ਕਿ ਮੈਂ ਇਦੋਂ ਬਾਅਦ ਤੰਬਾ ਫੂਕਿਆ। ਹੁਣ ਮੇਰੇ ਫਾਦਰ ਨੂੰ ਕਿੱਦਾਂ ਪਤਾ ਲੱਗੇ ਕਿ ਹੁਣ ਉਹ ਗੁਰਦੀਪ ਕਿੰਨਾ ਚੇਂਜ ਹੋ ਗਿਆ। ਥੈਂਕ ਯੂ ਜੀ, ਆਈ ਐਮ ਸੋ ਸੋਰੀ ਟੂ ਹੀਅਰ ਦੈਟ, ਆਈ ਐਮ ਸੋ ਸੋਰੀ ਗੁਰਦੀਪ ਜੀ। ਪਰ ਵਾਕਈ ਉਹਨਾਂ ਨੂੰ ਹੁਣ ਦਿਖ ਰਿਹਾ। ਤੁਸੀਂ ਸੋਚਦੇ ਹੋ ਕਿ ਇਸ ਦੁਨੀਆ ਤੋਂ ਜਾਣ ਤੋਂ ਪਹਿਲੇ ਯੂ ਵਿਸ਼ ਕਿ ਉਹ ਚੀਜ਼ ਉਹ ਦੇਖ ਕੇ ਜਾਂਦੇ, ਪਰ ਹੁਣ ਉਹ ਦੇਖ ਰਿਹਾ। ਆਈ ਐਮ ਹੋਪਿੰਗ ਐਂਡ ਆਈ ਐਮ ਪ੍ਰੇਇੰਗ ਕਿ ਉਹ ਹੁਣ ਦੇਖ ਕੇ ਨਾ ਸਕੂਨ 'ਚ ਨੇ। ਸੋ ਹਾਂਜੀ,
ਮੈਨੂੰ ਉਹਨਾਂ ਨੇ ਬਹੁਤ ਗੁਣ ਵੀ ਦਿੱਤੇ। ਇਹ ਨਹੀਂ ਕਿ ਮੈਂ ਬੇਗੁਣਾ ਸੀਗਾ ਜਾਂ ਮੇਰੇ 'ਚ ਹੋਰ ਕੁਆਲਿਟੀ ਨਹੀਂ ਸੀ, ਮੈਂ ਸਪੋਰਟਸਮੈਨ ਵੀ ਵਧੀਆ ਸੀ, ਸਭ ਕੁਛ ਸੀਗਾ, ਪੜ੍ਹਾਈ 'ਚ ਵੀ ਠੀਕ ਠਾਕ ਸੀ, ਆਰਮੀ 'ਚ ਵੀ, ਲਾਈਫ 'ਚ ਵੀ ਕੀਤਾ, ਪਰ ਮੈਂ ਉਹ ਦੇਸ਼ ਉਸ ਤੋਂ ਛੁਟਕਾਰਾ ਉਹਦੇ ਜਿਉਂਦੇ ਜੀ ਕਿਉਂ ਨਹੀਂ ਲੈ ਪਾਇਆ। ਮੈਂ ਹੁਣ ਕਿਉਂ ਕੀਤਾ ਉਹ, ਹੁਣ ਕੀਤਾ ਤੇ ਕੀ ਫਾਇਦਾ ਹੋਇਆ? ਮੇਰਾ ਬਾਪ ਤੇ ਰਿਹਾ ਹੀ ਨਹੀਂ, ਉਹਨੂੰ ਤੇ ਪਤਾ ਹੀ ਨਹੀਂ ਲੱਗਾ, ਉਹ ਤੇ ਉਸੇ ਸ਼ਾਇਦ ਗਮ 'ਚ ਮਰ ਗਿਆ ਹੋਵੇ, ਮੈਨੂੰ ਕੀ ਪਤਾ ਉਹਦੇ ਦਿਲ ਵਿੱਚ ਕੀ ਸੀਗਾ। ਚਲੋ ਥੈਂਕ ਯੂ ਜੀ, ਆਈ ਐਮ ਸੋ ਸੋਰੀ ਟੂ ਹੇਅਰ ਦਿਸ। ਐਂਡ ਆਏ ਕਹਿੰਦੇ ਕਿ ਹੋਰ ਗੁਣ ਇਹ ਨਹੀਂ ਕਿ ਮੇਰੇ 'ਚ ਨਹੀਂ ਸੀ, ਹੋ ਹੀ ਨਹੀਂ ਸਕਦਾ, ਤੁਸੀਂ ਬਹੁਤ ਗੁਣੀ ਹੋ। ਇੱਕ ਸਭ ਤੋਂ ਵੱਡਾ ਗੁਣ ਤੁਹਾਡਾ ਕਿ ਕਰੇਜ ਟੂ ਸ਼ੇਅਰ, ਇੱਕ ਆਪਣੇ ਜ਼ਿੰਦਗੀ ਦੀ ਉਹ ਚੀਜ਼ ਜਿਹੜੇ ਤੁਸੀਂ ਸ਼ਰਮਿੰਦਾ ਹੋ ਜਿਸ ਚੀਜ਼ ਬਾਰੇ, ਔਰ ਉਹ ਤੁਸੀਂ ਸਾਰਿਆਂ ਨਾਲ ਸ਼ੇਅਰ ਕਰਨ ਨੂੰ ਤਿਆਰ ਹੋ, ਇਸੀ ਆਸ ਵਿੱਚ ਕਿ ਸ਼ਾਇਦ ਕੋਈ ਹੋਰ ਇਹ ਗਲਤੀ ਨਾ ਕਰੇ। ਸੋ ਉਹ ਕਰੇਜ ਜਿਹੜਾ ਆ, ਆਈ ਥਿੰਕ ਤੁਹਾਡੇ 'ਚ ਹੋਰ ਬੜੇ ਗੁਣ ਹੋਣੇ ਆ, ਪਰ ਉਹ ਸਾਨੂੰ ਜ਼ਰੂਰ ਇਸ ਵੇਲੇ ਦਿਖ ਰਿਹਾ। ਥੈਂਕ ਯੂ ਸੋ ਮੱਚ ਫੋਰ ਸ਼ੇਅਰਿੰਗ ਗੁਰਦੀਪ ਜੀ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ, ਤੁਸੀਂ ਵੀ ਸਾਰੇ ਆਪਣੀ ਗੱਲ ਜ਼ਰੂਰ ਸ਼ੇਅਰ ਕਰੋ। ਸਾਰਿਆਂ ਦਾ ਫਿਰ ਸਵਾਗਤ ਹੈ। ਪਛਤਾਵੇ ਦੀ ਗੱਲ ਹੋ ਰਹੀ ਹੈ, ਰਿਗਰੈਟ, ਪਛਤਾਵਾ ਕਈ ਵਾਰੀ ਕਿਸੇ ਹੋਰ ਨੂੰ ਜਦੋਂ ਸੁਣਦੇ ਹਾਂ, ਜਿਵੇਂ ਅਸੀਂ ਹੁਣੇ ਗੁਰਦੀਪ ਜੀ ਦੀ ਗੱਲ ਸੁਣੀ, ਉਹਨਾਂ ਨੂੰ ਤਾਂ ਦਰਦ ਮਹਿਸੂਸ ਹੁੰਦਾ ਹੀ ਹੋਣਾ ਹੈ, ਸਾਨੂੰ ਸੁਣ ਕੇ ਕਿ ਉਹ ਇਸ ਦਰਦ ਨੂੰ ਸਹਿ ਰਹੇ ਨੇ, ਉਹਦੇ ਵਿੱਚ ਵੀ ਸਾਨੂੰ ਵੀ ਰੀਅਲੀ ਗੈਟ ਸੈਡਨਡ, ਯੂ ਨੋ, ਅਫਸੋਸ ਹੁੰਦਾ, ਸਾਨੂੰ ਅਫਸੋਸ ਹੁੰਦਾ ਕਿ ਇਹ, ਕਿਉਂਕਿ ਵਾਕਈ ਇਹੀ ਸੁਣਨ 'ਚ ਆਉਂਦਾ ਹੈ ਕਿ ਪਛਤਾਵੇ ਦਾ ਦਰਦ ਬਹੁਤ ਮਾੜਾ ਹੈ। ਤੁਸੀਂ ਜ਼ਰੂਰ ਸ਼ੇਅਰ ਕਰੋ। ਆਏ ਟੋਟਲੀ ਇੱਥੋਂ ਸ਼ੁਰੂਆਤ ਹੋਈ ਹੈ, ਬਹੁਤ ਵੱਡਾ ਉਹਨਾਂ ਨੇ ਆਪਣੇ ਯੂ ਨੋ ਜ਼ਿੰਦਗੀ ਦਾ ਦਰਦ ਸ਼ੇਅਰ ਕੀਤਾ, ਬਟ ਸਮਥਿੰਗ ਕੈਨ ਬੀ ਵੈਰੀ ਸਿੰਪਲ ਜਿਹੜਾ ਤੁਸੀਂ ਸੋਚ ਸਕਦੇ ਹੋ ਕਿ ਹਾਂ ਮੈਨੂੰ ਹੈ, ਬਟ ਇਹ ਨਹੀਂ ਕਿ ਮੈਨੂੰ ਬਹੁਤ ਦਰਦ ਹੈ ਉਹਦਾ। ਆਈ ਮੀਨ ਦੈਟ ਹੈਪਨ ਸਮ ਟਾਈਮ, ਸਿੰਪਲ, ਯੂ ਨੋ, ਸਮਥਿੰਗ ਸਮਾਲ। ਸੋ ਯੂ ਨੋ, ਜ਼ਰੂਰ ਕਾਲ ਕਰਕੇ ਆਪਣੀ ਕੋਈ ਵੀ ਗੱਲ ਜ਼ਰੂਰ ਸ਼ੇਅਰ ਕਰੋ। ਇੱਕ ਮੈਨੂੰ ਯਾਦ ਹੈ, ਲਾਸਟ ਟਾਈਮ ਅਸੀਂ ਰਿਗਰੈਟਸ ਦੀ ਗੱਲ ਕਰ ਰਹੇ ਸੀ, ਅਤੇ ਆਪਣੇ ਵਿਊਜ਼ ਦੇ ਵਿੱਚੋਂ ਹੀ ਕਿਸੇ ਨੇ ਸਿੰਪਲ ਇਹ ਗੱਲ ਕੀਤੀ, ਕਹਿੰਦੇ, ਔਰ ਅਥਰੂ ਨਿਕਲ ਆਏ ਉਹਨਾਂ ਦੇ ਗੱਲ ਸ਼ੇਅਰ ਕਰਦਿਆਂ, ਕਹਿੰਦੇ ਨੇ ਕਿ ਮੈਂ ਟਿਕਟਾਂ ਬੁੱਕ ਕਰਨ ਲੱਗੀਆਂ ਇੰਡੀਆ ਦੀ, ਐਂਡ ਬਹੁਤ ਪ੍ਰਾਈਸਿਸ ਹਾਈ ਲੱਗ ਰਹੀਆਂ ਸੀ। ਸੋਚਿਆ ਨਹੀਂ ਨਹੀਂ ਹਾਲੇ ਨਹੀਂ ਇੰਨੇ ਪੈਸੇ ਕੱਢਣੇ, 4 ਟਿਕਟਾਂ ਲੈਣੀਆਂ, ਹਾਲੇ ਨਹੀਂ ਕੱਢਣੇ, ਮਦਰ ਇਨ ਲਾਅ ਨੂੰ ਮਿਲਣ ਜਾਣਾ ਸੀ। ਸੋਚਿਆ ਨਹੀਂ, ਥੋੜ੍ਹੇ ਜਿਹੇ ਹੋਰ ਇਕੱਠੇ ਕਰਾਂਗੇ, 2 ਕੁ ਮਹੀਨੇ ਬਾਅਦ ਜਾਵਾਂਗੇ। ਐਂਡ ਉਨੀ ਦੇਰ ਦੇ ਵਿੱਚ ਮਦਰ ਇਨ ਲਾਅ ਦੀ ਡੈਥ ਹੋ ਗਈ। ਕਹਿੰਦੇ ਮੇਰੀ ਜ਼ਿੰਦਗੀ 'ਚ ਉਹ ਹਮੇਸ਼ਾ ਰਿਗਰੈਟ ਰਹੇਗਾ ਕਿ ਮੈਂ ਉਸ ਦਿਨ ਜਦੋਂ ਬੈਠੀ ਸੀ ਅਤੇ ਮੈਂ ਉਹ ਟਿਕਟਾਂ ਬੁੱਕ ਕਰਾ ਲੈਂਦੀ। ਸੋ ਉਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ, ਵਾਕਈ ਤੁਹਾਡੀ ਗਲਤੀ ਨਹੀਂ ਹੈ, ਯੂ ਡੋਂਟ ਨੋ ਦਾ ਫਿਊਚਰ, ਬਟ ਸਮ ਟਾਈਮਸ ਉਹ ਮਨ ਨੂੰ ਛੂਹ ਜਾਂਦੀਆਂ ਔਰ ਮਨ ਨੂੰ ਬਾਰ ਬਾਰ ਕਈ ਵਾਰੀ ਤੰਗ ਕਰਦੀਆਂ, ਉਹੀ ਪਛਤਾਵੇ ਹੈ। ਭਾਵੇਂ ਉਹਦੇ 'ਚ ਤੁਹਾਡੀ ਕੋਈ ਗਲਤੀ ਨਹੀਂ ਹੈ, ਕੁਛ ਨਹੀਂ ਹੈ, ਯੂ ਨੋ, ਇਸ ਤਰ੍ਹਾਂ ਦੇ ਹਾਲਾਤ ਬਣੇ, ਪਰ ਤੁਸੀਂ ਬਾਰ ਬਾਰ ਉਸ ਘੜੀ ਨੂੰ ਵਾਪਸ ਜਾਣਾ ਚਾਹੁੰਦੇ ਹੋ ਕਿ ਉਸ ਘੜੀ ਦੇ ਵਿੱਚ ਜਾਵਾਂ ਅਤੇ ਵਾਪਸ ਸ਼ਾਇਦ ਕੁਛ ਟਰਨ ਕਰ ਜਾਂ। ਸੋ ਕੋਈ ਐਸੀ ਘੜੀ ਜਿਹੜੀ ਤੁਹਾਡੇ ਨਾਲ ਬੀਤੀ ਹੋਏ, ਜ਼ਰੂਰ ਸ਼ੇਅਰ ਕਰੋ। ਮੈਂ ਇਹਨਾਂ ਨੂੰ ਪੁੱਛਦੀ ਹਾਂ ਇਹ ਕੀ ਕਹਿ ਰਹੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਵਿੰਦ ਬੇਟਾ। ਹਾਂਜੀ ਹਾਂਜੀ, ਕੌਣ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਤੁਹਾਡੀ ਆਂਟੀ ਬੋਲਦੀ ਹਾਂ, ਪਹਿਲੀ ਵਾਰ ਫੋਨ ਕਰ ਰਹੀ ਹਾਂ। ਤੇ ਤੁਹਾਡਾ ਅੱਜ ਦਾ ਟੌਪਿਕ ਹੈ ਜਿਹੜਾ, ਇਹਦੇ ਬਾਰੇ ਮੈਂ ਸਿਰਫ ਇਹੀ ਪੁੱਛਣਾ ਵੀ ਜਿਹੜਾ ਗੁਰਪ੍ਰੀਤ ਜੀ ਨੇ ਫੋਨ ਕੀਤਾ ਸੀ, ਕੀ ਤੁਸੀਂ ਉਹਨਾਂ ਦਾ ਨੰਬਰ ਸਾਨੂੰ ਦੇ ਸਕਦੇ ਹੋ? ਗੁਰਦੀਪ ਜੀ, ਗੁਰਦੀਪ ਜੀ, ਚਲੋ ਠੀਕ ਹੈ, ਥੈਂਕ ਯੂ। ਹਾਂ, ਇਹ ਨੰਬਰ ਦੇ ਸਕਦੇ ਹੋ? ਮੈਨੂੰ ਉਹਨਾਂ ਦੀ ਇਜਾਜ਼ਤ ਲੈਣੀ ਪੈਣੀ ਹੈ। ਅੱਛਾ ਜੀ, ਤੇ ਪਹਿਲੇ ਉਹਨਾਂ ਤੋਂ ਪੁੱਛ ਲਾਂ, ਫਿਰ ਮੈਂ ਦੇ ਸਕਦੀ ਹਾਂ। ਅੱਛਾ ਜੀ, ਤੇ ਮੇਰਾ ਨੰਬਰ ਇੱਥੇ ਆ ਗਿਆ ਤੁਹਾਡੇ ਕੋਲੇ? ਹਾਂਜੀ, ਮੇਰੇ ਕੋਲ ਆਇਆ ਹੋਇਆ ਹੈ, ਆਈ ਥਿੰਕ ਸੋ, ਇਸ ਵੇਲੇ ਇੱਕ 559 ਤੋਂ ਵੀ ਇਹ ਪ੍ਰੋਬਲਮ ਹੈਗੀ ਆਪਦੇ ਬੇਟੇ ਵੱਲੋਂ, ਤੇ ਅਸੀਂ ਚਾਹੁੰਦੇ ਹਾਂ ਜੇ ਕਦੇ ਆਪਣੇ ਬੇਟੇ ਦੀ ਗੁਰਦੀਪ ਜੀ ਨਾਲ ਗੱਲ ਕਰਾ ਦਈਏ, ਉਹ ਵੀ ਥੋੜਾ ਜਿਹਾ ਸੁਧਰ ਜਾਵੇ। ਹਾਂਜੀ, ਵੈਸੇ ਕੋਸ਼ਿਸ਼ ਉਹ ਬਹੁਤ ਕਰ ਰਿਹਾ ਛੱਡਣ ਦੀ, ਪਰ ਛੱਡ ਨਹੀਂ ਸਕਦਾ। ਹਾਂਜੀ, ਤੁਹਾਡਾ ਨੰਬਰ ਪਿੱਛੇ ਜਾਂ ਸ਼ੁਰੂਆਤ ਵਿੱਚ 55 ਤੋਂ ਹੈ?
हाँ जी 559 9407441 ठीक है मैं खुद भी थानू कॉल करांगी क्योंकि यू नो इलाज होना भी बड़ा जरूरी है। नंबर दे दियो बहुत बहुत थोड़ा धन्यवाद होवेगा। हां जी मैं कर दांगी। हां जी हां जी थैंक यू बेटा थैंक यू। तुसी आज वास्ते कुछ कहंदे हो कोई ऐसा रिग्रेट कोई ऐसा पछतावा जेड़ा थानू लगदा है? इन्ना इन्ना अजे मेरे दिमाग च आया नहीं। मेरे दिमाग च पहला यही क्वेश्चन आया भी जे नंबर मिल जे तां असी कुछ कर सकिए जे। कई वारी मैं वैसे एक डेविल्स एडवोकेट वाको गल कर रही है कि कई वारी दिमाग च नहीं आंदा भी बेटा जदों शुरुआत ही कर रहा सी ते मैनूं कुछ पता लग जांदा रिश्तेदार भी ओह जे मिल गए जेड़े पींदे सी जेड़े ओनू समझा भी ना सके आप सगो वध ला दिता। जी 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 ते बस एह है जी हुण। हां जी 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 किन्ने साल हो गए इस गल नूं? किन्ने गल बेटा हुण 56 दा है। बहुत ते शुरू तो मेनू लगदा बई ओनू हो गए होने 30 years। ਬਈ ਅੱਜ ਕੱਲ ਹੁਣ ਏਜ ਵੱਧ ਰਹੀ ਕਰਕੇ ਅਸੀਂ ਚਾਹੁੰਦੇ ਆ ਬਈ ਹੁਣ ਜੇ ਅਸਰ ਜ਼ਿਆਦਾ ਹੋ ਗਿਆ ਉਹਦੀ ਬੋਡੀ ਤੇ ਫਿਰ ਔਖਾ ਹੋ ਜਾਊਗਾ ਕਿਉਂਕਿ ਉਹ ਸਰੀਰ ਓਨਾ ਫਿਰ ਚੱਲਦਾ ਵੀ ਨਹੀਂ ਹੈ। ਜੀ 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 ਬਿਲਕੁਲ। ਹਾਂਜੀ ਹਾਂ ਵੈਸੇ ਜੋਬ ਕਰਦਾ ਇੰਜੀਨੀਅਰ ਹੈ ਸੀ ਕੋਈ ਗੱਲ ਨਹੀਂ ਹੈ ਪਰ ਕਈ ਵਾਰ ਫਿਰ ਜੇ ਉਹਦੇ ਉੱਤੇ ਜ਼ੋਰ ਜਿਹਾ ਪੈ ਜਾਏ ਵੀਕਐਂਡ ਤੇ ਫਿਰ ਉਹ ਮੰਡੇ ਨੂੰ ਕੰਮ ਤੇ ਵੀ ਨਹੀਂ ਜਾ ਸਕਦਾ। ਇਹ ਹੋ ਜਾਂਦਾ। ਹਾਂਜੀ ਜ਼ਰੂਰ ਮੈਂ ਗੱਲ ਪੁੱਛ ਕੇ ਤੁਹਾਡਾ ਨੰਬਰ ਸ਼ੇਅਰ ਕਰਾਂਗੀ ਪਰ ਇਲਾਜ ਪ੍ਰੋਪਰ ਡਾਕਟਰ ਦੇ ਕੋਲ ਜਾ ਕੇ ਪੂਰੀ ਗੱਲ ਕਰੋ ਪੂਰੀ ਤਰ੍ਹਾਂ ਇਲਾਜ ਕਰੋ। ਹਾਂਜੀ ਹਾਂਜੀ ਡਾਕਟਰ ਕੋਲ ਵੀ ਜਾਂਦਾ ਉਹ ਤੋਂ ਸਲਾਹ ਵੀ ਲੈਂਦਾ ਡਾਕਟਰ ਦੱਸਦਾ ਵੀ ਹੈ ਫੇਰ ਵੀ ਉਹ ਮਤਲਬ ਨਹੀਂ ਆਪਣੇ ਆਪ ਨੂੰ ਕੰਟਰੋਲ ਕਰ ਸਕਦਾ ਜਦੋਂ ਕਿਤੇ ਇਸ ਤਰ੍ਹਾਂ ਜ਼ਿਆਦਾ ਹੁੰਦਾ ਕਈ ਵਾਰ 2-2 ਮਹੀਨੇ ਬਿਲਕੁਲ ਵੀ ਨਹੀਂ ਪੀਂਦਾ ਇਹ ਵੀ ਹੈ। ਸੋ ਇਟਸ ਹਿਸ ਬਿੰਜਿੰਗ ਯਾ। ਹਾਂਜੀ ਠੀਕ ਹੈ ਜੀ ਠੀਕ ਹੈ ਥੈਂਕ ਯੂ ਸੋ ਮਚ ਤੁਸੀਂ ਸ਼ੇਅਰ ਕੀਤਾ। ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ। ਸੋ ਯੂ ਨੋ ਗੱਲ ਥੋੜ੍ਹਾ ਜਿਹਾ ਡਾਇਵਰਟ ਹੋ ਗਈ ਸਾਡੀ ਪਰ ਬਹੁਤ ਜ਼ਰੂਰੀ ਹੈ ਪਰਿਵਾਰ 'ਚ ਬੈਠੇ ਹੋਏ ਜ਼ਰੂਰੀ ਗੱਲਾਂ ਜਿਹੜੇ ਮਰਜ਼ੀ ਪਾਸੇ ਜਾਣ ਕੋਸ਼ਿਸ਼ ਕਰੀਦਾ ਹੈ ਕਿ ਜਿਹੜਾ ਟੋਪਿਕ ਲੈ ਰਹੇ ਹਾਂ ਨਾ ਉਹਦੇ 'ਚ ਜਾਈਏ ਪਰ ਜ਼ਿੰਦਗੀ ਇਹ ਨਹੀਂ ਹੈ ਜ਼ਿੰਦਗੀ ਕਿਹੜੇ ਪਾਸੇ ਲੈ ਜਾਂਦੀ ਹੈ ਪਤਾ ਨਹੀਂ। ਸੋ ਜਿਸ ਪਾਸੇ ਗੱਲ ਮੁੜੀ ਹੈ ਇਸ ਵੇਲੇ ਕਿ ਵਾਕਈ ਕਿੰਨੀ ਵੱਡੀ ਇਹ ਇਸ਼ੂ ਹੈ ਔਰ ਇਹਨਾਂ ਤੋਂ ਮੈਨੂੰ ਯਾਦ ਆ ਰਿਹਾ ਕੋਈ ਮੇਰੇ ਜੋ ਬਹੁਤ ਕਲੋਜ਼ ਹੈਗੇ ਨੇ ਉਹ ਵੀ ਸ਼ਰਾਬ ਕਰਕੇ ਕਿਆ ਕੁਛ ਉਹ ਸਭ ਕੁਛ ਗੁਆ ਚੁੱਕੇ ਮਤਲਬ ਕਰੀਅਰ ਪਹਿਲੇ ਫੈਮਿਲੀ ਦਾ ਬੁਰਾ ਹਾਲ ਕਰੀਅਰ ਬਿਲਕੁਲ ਖਤਮ ਹੋ ਗਿਆ ਹੋਰ ਕੁਛ ਆਉਂਦਾ ਨਹੀਂ ਮਤਲਬ ਜਿਸ ਚੀਜ਼ 'ਚ ਮਾਇਰ ਸੀ ਉਹ ਛੁੱਟਦਾ ਪਿਆ ਜਸਟ ਬਿਕੋਜ਼ ਆਫ ਦਿਸ। ਸੋ ਕੀ ਕਰੋ ਯੂ ਨੋ ਬ੍ਰੈਡ ਬਟਰ ਵੀ ਅਗਰ ਸਟੇਕ 'ਤੇ ਪੈ ਜਾਏ ਤੁਸੀਂ ਲਾਈਵਲੀਹੁੱਡ ਤੁਹਾਡੀ ਸਟੇਕ 'ਤੇ ਪੈ ਜਾਏ ਐਂਡ ਤੁਸੀਂ ਇੰਨੇ ਡਿਸਫੰਕਸ਼ਨਲ ਹੋ ਜਾਓ ਭਾਵੇਂ ਉਹੀ ਗੱਲ ਜਿਸ ਤਰ੍ਹਾਂ ਇਹਨਾਂ ਨੇ ਕਹੀਏ ਕਿ ਇੰਜੀਨੀਅਰ ਹੈ ਬਹੁਤ ਦੇਰ ਕੋਈ ਪ੍ਰੋਬਲਮ ਨਹੀਂ ਹੁੰਦੀ। ਸੋ ਬੜੀ ਦੇਰ ਪ੍ਰੋਬਲਮ ਨਹੀਂ ਹੁੰਦੀ ਬਟ ਫਿਰ ਉਹ ਬਿੰਜ ਕਰਨਾ ਐਂਡ ਆਲ ਸੋ ਉਹ ਫਰੈਂਡਸ ਐਂਡ ਰਿਲੇਟਿਵਸ ਨੂੰ ਸਿਰਫ ਇਹੀ ਹੈ ਕਿ ਲਗਾਤਾਰ ਕੰਸਿਸਟੈਂਸੀ ਚਾਹੀਦੀ ਹੈ ਜਦੋਂ ਦੇਖਦੇ ਹੋ 2 ਮਹੀਨੇ ਹੋ ਗਏ ਹੈ ਨਹੀਂ ਕੁਛ ਹੋ ਰਿਹਾ ਤਾਂ ਵੀ ਨਹੀਂ ਪਿੱਛੇ ਉਹਦੇ ਅੰਦਰ ਭਾਵੇਂ ਉਸ ਵੇਲੇ ਬੁਰਾ ਕਹਿ ਰਹੇ ਨੇ ਝਗੜ ਰਹੇ ਨੇ ਇਲਾਜ ਜਾਰੀ ਰੱਖਣਾ ਪੂਰੀ ਮਿਹਨਤ ਚਾਹੀਦੀ ਹੈ ਇਹਦੇ ਵਿੱਚ ਟੀਮ ਵਰਕ ਚਾਹੀਦਾ ਹੈ ਨੇੜੇ ਤੇੜੇ ਸਾਰਿਆਂ ਦਾ ਐਂਡ ਆਈ ਐਮ ਹੋਪਿੰਗ ਕਿ ਇਹਨਾਂ ਨੂੰ ਸਪੋਰਟ ਮਿਲੇ ਬਾਕੀ ਵੀ ਜਿਹੜੇ ਇਸ 'ਚੋਂ ਲੰਘ ਚੁੱਕੇ ਹੈ ਜਿਸ ਤਰ੍ਹਾਂ ਗੁਰਦੀਪ ਜੀ ਉਹ ਕੁਛ ਰਾਏ ਦੇ ਸਕਣ ਡਾਕਟਰਸ ਫੈਮਿਲੀ ਸਾਰਾ ਸਪੋਰਟ ਸਿਸਟਮ ਇਕੱਠਾ ਹੋਏ। ਬਟ ਐਨੀਵੇਜ਼ ਕਮਿੰਗ ਬੈਕ ਟੂ ਰਿਗਰੈਟਸ ਮੈਂ ਕਿਉਂ ਮੈਂ ਨਹੀਂ ਕਹਿੰਦੀ ਕਿ ਕੋਈ ਪੇਰੈਂਟ ਰਿਸਪੋਂਸੀਬਲ ਹੈ ਬਟ ਬੜੇ ਸਾਰੇ ਪੇਰੈਂਟਸ ਨੂੰ ਸੁਣਿਆ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਇਸ਼ੂ ਆਉਂਦਾ ਹੈ ਕਿ ਹਾਂ ਬੱਚਾ ਕੋਈ ਗਲਤ ਚੀਜ਼ ਲੈਣ ਲੱਗ ਗਿਆ ਜਾਂ ਜਿਹਦੇ ਕਰਕੇ ਕੁਛ ਵੀ ਉਹ ਐਸਾ ਕਰਨਾ ਸ਼ੁਰੂ ਕਰਤਾ ਸੰਗਤ ਕਰਕੇ ਜਾਂ ਕੁਛ ਜਿਹਦੇ ਕਰਕੇ ਉਹਦੀ ਆਪਣੀ ਲਾਈਫ ਇੱਕ ਨੋਰਮਲ ਯੂ ਨੋ ਉਸ ਤਰ੍ਹਾਂ ਨਹੀਂ ਹੋ ਰਹੀ ਅਤੇ ਪੇਰੈਂਟਸ ਆਪਣੇ ਉੱਤੇ ਬਹੁਤ ਉਸ ਚੀਜ਼ ਨੂੰ ਲੈਂਦੇ ਹੈ ਉਹ ਉਹਨਾਂ ਦਾ ਇੱਕ ਪਛਤਾਵਾ ਬਣ ਜਾਂਦਾ ਹੈ ਕਿ ਮੈਂ ਪਹਿਲੀ ਵਾਰੀ ਜਦੋਂ ਉਹਨਾਂ ਨੇ ਕੀਤਾ ਤਾਂ ਕਿਉਂ ਨਹੀਂ ਦੇਖਿਆ ਜਦੋਂ ਮੈਨੂੰ ਪਹਿਲੇ ਪਤਾ ਲੱਗਿਆ ਸੀ ਤਾਂ ਮੈਂ ਐਕਟ ਕਿਉਂ ਨਹੀਂ ਕੀਤਾ। ਲੈਟ ਮੀ ਸੀ ਹੋਰ ਕੀ ਕਹਿ ਰਹੇ ਨੇ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਗਿਆਨ ਸਿੰਘ ਜੀ ਦੱਸੋ ਕੀ ਕਹਿੰਦੇ ਹੋ। ਮੈਂ ਵੈਸੇ ਹੱਥ ਸ਼ਰਾਬ ਤੇ ਗੱਲ ਕਰਨੀ ਸੀਗੀ ਚਲੋ ਆਪਣਾ ਆਪਣੀ ਵਿਚਾਰ ਸੋਚ ਹੈ
ਜਿਹੜਾ ਬੀਬੀ ਨੇ ਪੁੱਛਿਆ ਨਾ ਬਈ ਕਿਸੇ ਬੰਦੇ ਨੇ ਸ਼ਰਾਬ ਛੱਡੀ ਤੇ ਉਹਨੂੰ ਪੁੱਛਣਾ ਕਿੱਦਾਂ ਛੱਡੀ, ਹਰ ਇੱਕ ਦੀ ਵੱਖਰੀ ਵੱਖਰੀ ਹਿਸਟਰੀ ਹੁੰਦੀ, ਠੀਕ ਨਹੀਂ? ਜਿਹੜਾ ਤੁਸੀਂ ਥੋੜਾ ਜਿਹਾ ਪੁਆਇੰਟ ਦੱਸਿਆ ਨਾ ਡਾਕਟਰ ਵਾਲਾ, ਉਹ ਵੀ ਇੱਕ ਪੁਆਇੰਟ ਬੜਾ ਵਧੀਆ ਹੈਗਾ। ਨਹੀਂ ਤਾਂ ਨਾ ਕਈ ਬੰਦੇ ਹੈਗੇ ਆ ਤੰਤਰਕ ਕਹਿੰਦੇ ਉਹਨਾਂ, ਤੰਤਰਕ ਹੈ ਨਾ, ਉਹਨਾਂ ਨੇ ਸਿੱਧੀਆਂ ਸਿੱਧੀਆਂ ਕੀਤੀਆਂ ਹੁੰਦੀਆਂ, ਉਹਨਾਂ ਕੋਲ ਮੰਤਰ ਹੈਗੇ ਆ, ਠੀਕ ਨਹੀਂ? ਹਾਂਜੀ। ਤੇ ਬਾਕੀ ਜਿਸ ਬੰਦੇ ਨੇ ਪੀ ਕੇ ਛੱਡ ਦਿੱਤੀ ਆਪਣੀ ਮਰਜ਼ੀ ਨਾਲ ਛੱਡੀ ਜਾਂ ਕੋਈ ਠੋਕਰ ਲੱਗੀ ਛੱਡੀ ਆ, ਉਹ ਉਹਦੀ ਉਹਦੀ ਆਪਣੀ ਆਪਣੀ ਗੱਲ ਆ ਨਾ ਜੀ। ਤੇ ਜੇ ਕਦੇ ਉਹ ਬੰਦਾ ਦੂਜੇ ਛੱਡਾ ਦਊਗਾ ਤੇ ਇਹ ਤਾਂ ਮੇਰੇ ਹਿਸਾਬ ਨਾਲ ਨਹੀਂ ਹੈ ਨਾ। ਤੇ ਇਸ ਕਰਕੇ ਮੇਰੇ ਸੰਪਰਕ 'ਚ ਬੰਦਾ ਤਾਂਤਰਿਕ ਹੈਗਾ ਇੱਕ, ਜੇਕਰ ਉਹ ਬੀਬੀ ਨੇ ਪੁੱਛਣਾ ਮੈਨੂੰ, ਮੈਂ ਦੱਸ ਸਕਦਾ ਆ ਤੇ ਅਪਰੋਚ ਕਰ ਲਿਆ ਤਾਂ ਉਹ ਹੈ। ਮੈਂ ਤੁਹਾਡਾ ਨੰਬਰ ਦੇ ਦਾਂਗੀ ਉਹਨਾਂ ਨੂੰ। ਹਾਂਜੀ 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 ਹਾਂਜੀ। ਅੱਜ ਵਾਸਤੇ ਕੀ ਕਹੋਗੇ? ਓਕੇ ਗਿਆਨ ਸਿੰਘ ਜੀ, ਜ਼ਰੂਰ ਕਾਲ ਕਰੋ, ਦੱਸੋ ਕਿ ਇਟਸ ਸੋ ਈਜ਼ੀ ਟੂ ਸੇ ਕਿ ਕੋਈ ਇੱਕ ਵੀ ਪਛਤਾਵਾ ਨਹੀਂ, ਯੂ ਨੋ, ਪਰ ਛੋਟਾ ਮੋਟਾ ਕੁਛ ਕਿ ਹਾਂ ਮੈਂ ਕੱਲ੍ਹ ਉੱਥੇ ਗਈ ਸੀ ਬਟ ਨਹੀਂ ਮੈਂ ਉੱਥੇ ਨਹੀਂ ਜਾਣਾ ਸੀ, ਮੈਨੂੰ ਉੱਥੇ ਜਾਣਾ ਚਾਹੀਦਾ ਸੀ, ਸਿੰਪਲ। ਸੋ ਪਲੀਜ਼ ਡੂ ਕਾਲ ਅਸ। ਹੈਲੋ, ਹਾਂਜੀ, ਹੈਲੋ ਅਰਵਿੰਦ ਜੀ। ਹਾਂਜੀ ਹਾਂਜੀ ਗੁਰਦੀਪ ਜੀ, ਤੁਸੀਂ ਬ੍ਰੇਕ ਤੇ ਹੋ? ਨਹੀਂ ਜੀ, ਬਿਲਕੁਲ ਸ਼ੋ ਤੇ ਹੈਗੇ ਆ ਇਸ ਵੇਲੇ, ਰਾਈਟ ਨਾਓ ਤੁਹਾਡੀ ਆਵਾਜ਼ ਜਾ ਰਹੀ ਹੈ। ਉਹ ਭੈਣ ਜੀ ਦਾ ਸੁਣਿਆ ਸੀ, ਉਹਨਾਂ ਨੂੰ ਨੰਬਰ ਚਾਹੀਦਾ, ਮੇਰਾ ਨੰਬਰ ਦੇ ਵੀ ਦੇਣਾ, ਮੈਂ ਬੋਲ ਵੀ ਦਿੰਦਾ, ਇੱਥੇ ਮੈਨੂੰ ਕੋਈ ਉਹ ਨਹੀਂ ਹੈ, ਕਿਸੇ ਹੋਰ ਨੂੰ ਵੀ ਜੇ ਤਕਲੀਫ ਹੋਵੇ ਤੇ ਆਈ ਨੋ ਬਈ ਕਿੱਦਾਂ ਹਟ ਸਕਦਾ, ਇੱਕ ਸ਼ਰਾਬੀ ਹੀ ਸ਼ਰਾਬੀ ਨੂੰ ਹਟਾ ਸਕਦਾ, ਕੋਸ਼ਿਸ਼ ਕੀ ਕਰਾਂਗਾ ਪੂਰੀ। 918 ਨੰਬਰ ਨੋਟ ਕਰ ਲੈਣੋ, 918 ਪਹਿਲਾ ਨੰਬਰ 918-813-813-1088-1088। ਠੀਕ ਹੈ ਜੀ, ਥੈਂਕ ਯੂ ਥੈਂਕ ਯੂ। 918-813-1088, ਥੈਂਕ ਯੂ ਜੀ, ਬਹੁਤ ਵਧੀਆ, ਥੈਂਕ ਯੂ ਸੋ ਮਚ ਗੁਰਦੀਪ ਜੀ। ਹਾਂਜੀ, ਮੈਂ ਯੂ ਨੋ ਰਿਕਮੈਂਡ ਨਹੀਂ ਕਰਦੀ ਕਿ ਤੁਸੀਂ ਆਪਣਾ ਨੰਬਰ ਨੈਸ਼ਨਲ ਟੀਵੀ ਤੇ ਉੱਤੇ ਬੋਲੋ, ਕਿਉਂਕਿ ਇਹ ਹੁਣ ਸ਼ੋਜ਼ ਯੂਟਿਊਬ 'ਤੇ ਵੀ ਜਾਂਦੇ ਆ, ਫਿਰ ਤੁਹਾਡਾ ਨੰਬਰ ਇਜ਼ ਦੇਅਰ ਆਲਵੇਜ਼, ਬਟ ਚੋਇਸ ਤੁਹਾਡੀ ਹੈ ਬਿਲਕੁਲ। ਸੋ ਮੈਂ ਵੀ ਨੋਟ ਕਰ ਲਿਆ ਗੁਰਦੀਪ ਜੀ ਦਾ, ਔਰ ਮੈਂ ਉਹਨਾਂ ਨੂੰ ਟੈਕਸ ਕਰ ਦਾਂਗੀ ਜਿਹੜੇ ਮੰਨਦੇ ਹੈ। ਪਰ ਤੁਸੀਂ ਅੱਜ ਵਾਸਤੇ ਗੱਲ ਜ਼ਰੂਰ ਕਰੋ, ਦੇਖੋ ਇੱਕ ਕਿਸੇ ਨੇ ਇੰਨੀ ਹਿੰਮਤ ਕੀਤੀ ਹੈ ਕਿ ਉਹ ਸ਼ੇਅਰ ਕਰਨ, ਅਤੇ ਕਿੰਨੇ ਬੰਦੇ ਉਸ ਦੇ ਨਾਲ ਗੱਲ ਜੁੜ ਰਹੀ ਹੈ। ਸੋ ਡੈਫੀਨੇਟਲੀ ਸਿੰਪਲ ਹੋਏ ਕੋਈ ਗੱਲ, ਕਈਆਂ ਦਾ ਵਿਚਾਰ ਇਹ ਵੀ ਹੋਣਾ ਕਿ ਰਿਗਰੈਟ ਕਾਹਦਾ, ਇੱਕ ਵਾਰੀ ਗੱਲ ਹੋ ਗਈ ਨਾ ਉਹ ਤਾਂ ਪਾਸਟ ਹੈ, ਰਿਗਰੈਟ ਕਰਨਾ ਕਿਉਂ ਹੈ, ਰਿਗਰੈਟ ਤਾਂ ਕਰਨਾ ਹੀ ਨਹੀਂ ਚਾਹੀਦਾ। ਅਗਰ ਤੁਹਾਡਾ ਵਿਚਾਰ ਉਹ ਵੀ ਹੈ ਤਾਂ ਵੈਲਕਮ ਹੈ, ਪਰ ਤੁਸੀਂ ਖੁਦ ਕਾਲ ਕਰਕੇ ਕਵੋ ਜ਼ਰੂਰ। ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਹੈ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਉਫ ਕਾਲ ਡ੍ਰੌਪ ਹੋ ਗਈ, ਉਹ ਪਲੀਜ਼ ਦੁਬਾਰਾ ਕਾਲ ਕਰੋ, ਅਸੀਂ ਇਹਨਾਂ ਦੀ ਕਾਲ ਲੈਂਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਬਹੁਤ ਵਧੀਆ ਹਰਮਿੰਦਰ ਜੀ, ਥੈਂਕ ਯੂ ਫੋਰ ਕਾਲਿੰਗ, ਦੱਸੋ। ਮੈਂ ਤੇ ਕਹਿ ਰਹੀ ਹਾਂ, ਮੈਂ ਕਿ ਕਈ ਵਾਰੀ ਜ਼ਿੰਦਗੀ ਵਿੱਚ ਤੁਹਾਡੇ ਕੋਲ ਪੂਰੀਆਂ ਫੈਸਿਲਿਟੀਆਂ ਹੁੰਦੀਆਂ ਨੇ ਤੇ ਤੁਸੀਂ ਅਵੇਲ ਨਹੀਂ ਕਰਦੇ। ਜਿਸ ਤਰ੍ਹਾਂ ਮੈਂ ਆਪਣੀ ਕਹਾਣੀ ਕਰਾਂ ਕਿ ਮੈਂ ਸਕੂਟਰ ਚਲਾਇਆ, ਕਨੈਟਿਕ ਚਲਾਇਆ, ਪਰ ਮੈਂ ਕਾਰ ਚਲਾਉਣਾ ਚਾਹੁੰਦੀ ਸੀ ਤੇ ਮੇਰੇ ਕੋਲ ਫੈਸਿਲਿਟੀ ਵੀ ਸੀ, ਕਾਰ ਵੀ ਸੀ, ਸਿੱਖਣ ਵਾਸਤੇ ਵੀ ਸੀ, ਬਟ ਆਈ ਕੁਡ ਨਾਟ ਅਵੇਲ ਦੈਟ ਚਾਂਸ। ਮੈਨੂੰ ਹਾਲੇ ਤੱਕ ਫੀਲ ਹੁੰਦਾ ਕਿ ਮੈਂ ਕਾਰ ਕਿਉਂ ਨਾ ਚਲਾਈ। ਮੈਨੂੰ ਇੱਥੇ ਮੈਂ ਜਿਸ ਤਰ੍ਹਾਂ ਜਾਂਦੀ ਹਾਂ ਜਿੱਥੇ ਤੇ ਸਭ ਨੂੰ ਕਹਿੰਦੇ ਯੂ ਆਰ ਸੋ ਐਕਟਿਵ, ਯੂ ਆਰ ਸੋ ਸਮਾਰਟ, ਵਾਏ ਵਾਏ ਤੂੰ ਕਾਰ ਕਿਉਂ ਨੀ ਚਲਾਈ, ਕਿਉਂ ਨੀ ਸਿੱਖੀ? ਤੇ ਮੈਨੂੰ ਹਾਲੇ ਤੱਕ ਜ਼ਿੰਦਗੀ ਵਿੱਚ ਰਿਗਰੈਟ ਹੈਗਾ ਕਿ ਮੈਂ ਕਾਰ ਕਿਉਂ ਨਾ ਚਲਾਈ। ਹੁਣ ਕਿਉਂ ਨਹੀਂ, ਹੁਣ ਵੀ ਕਰ ਸਕਦੇ ਹੋ, ਹਾਂ 10 ਵੀ ਕਲਾਸਾਂ ਲਵੋ ਐਂਡ ਯੂ ਵਿਲ ਬੀ ਫਾਈਨ। ਅਗਰ ਤੁਸੀਂ ਰੋਡ ਤੇ ਰਹੇ ਹੋ ਨਾ ਪਹਿਲੇ, ਮੇ ਬੀ ਇੰਡੀਆ ਦੇ ਵਿੱਚ ਜਾਂ ਕੁਝ ਰੋਡ ਸੈਂਸ ਹੈਗੀ ਹੈ ਤੇ ਯੂ ਕੈਨ ਡੂ ਇਟ। ਬਿਲਕੁਲ ਹੈਗੀ, ਹਾਂ, ਕਿਉਂਕਿ ਮੈਂ ਤੇ ਆਈ ਤੇ ਮੈਨੂੰ ਸਾਰੇ ਕਹਿਣ ਲੱਗੇ, ਇਵਨ ਕਹਿੰਦਾ ਮੰਮੀ ਤੁਹਾਡੇ ਕੋਲ 5-5 ਡਰਾਈਵਰ ਹੈਗੇ ਨੇ, ਇਟਸ ਫਾਈਨ। ਬਸ ਉਹ ਦਿਮਾਗ ਵਿੱਚ ਪਿਆਗਾ ਤੇ ਉਹ ਗੱਲ ਰਹਿੰਦੀ ਰਹਿੰਦੀ ਰਹਿ ਗਈ। ਹੁਣ ਮੈਂ ਕਹਿੰਦੀ ਹਾਂ ਇਟਸ ਟੂ ਲੇਟ, ਛੱਡੋ ਮਨਾ, ਹੁਣ ਕੀ ਸਿੱਖਣੀ। ਪਰ ਬਸ ਮੇਰੇ ਮਨ 'ਚ ਰਿਗਰੈਟ ਹੈਗਾ ਕਿ ਮੈਨੂੰ, ਮੈਂ ਗੱਡੀ ਚਲਾ ਸਕਦੀ ਸੀ, ਮੇਰੇ 'ਚ ਇੰਨੇ ਗਟਸ ਹੈਗੇ ਸੀ, ਆਈ ਕੁਡ ਹੈਵ ਡਨ ਇਟ, ਮੈਂ ਨਹੀਂ ਚਲਾਈ। ਹਾਂਜੀ,
ओके दैट्स थैंक यू फॉर शेयरिंग दिस बिकॉज इट्स समथिंग वेरी सिंपल और थोड़ा काम भी सारा चल रहा है बट फिर भी अंदर रह जाता है कि आई विश ऐ चीज मैं मोर इंडिपेंडेंट या थैंक यू सो मच रियली अप्रिशिएट दिस वाकई यू नो इस तो मैं दो चीज़ा ध्यान आ रही हैं एक तो कि कोई ऐसी सिंपल चीज़ जी असं सोचते हैं यार गुजारा तो हो रहा है की लोड़ है मेरे ही लिस्ट ही पता नहीं किन्ने होने हैं बिल्स पे करने मेरा डिपार्टमेंट नहीं है मैं सोचती हाँ यू नो सबनों कहती हाँ कर सकते हैं बट सी पी ए नाल व्याई हुई हैं सो ही पता भी नहीं लगता कदों बिल्स पे हो रहे हैं ऑफिस चो ही हो जाते हैं यू नो सैक्रटरी कर देंदी है बट यही कि छोटी छोटी चीज़ा जड़िया क्यों अपने हथों ना निकलिया हूँ ये लगता है सो लेट मी टेक वन मोर कॉल हैलो हैलो सत श्री अकाल जी कौन बोल रहे हो मैं कमल जी कैलिफोर्निया तो कमल जी जी स्वागत है थैंक यू फॉर कॉलिंग हाँ जी मैं थोड़ा टॉपिक सुनिया भी आया प्रॉब्लम जेडी मतलब के तुसी एक ता पहला जे हुन कोई नशे विच लग भी जांदा आ ते उनु वाहेगुरु दा नाम लेके जे दवाई भी खलोनी है ता वाहेगुरु दा नाम लेके कराओ ते वाहेगुरु च भरोसा रखो ओके ਸਾਡਾ ਟੌਪਿਕ ਵੈਸੇ ਅੱਜ ਕਮਲਜੀਤ ਹੈਗਾ ਕਿ ਕੋਈ ਪਛਤਾਵਾ ਸ਼ੇਅਰ ਕਰਨਾ ਉਹ ਇੱਕ ਸਾਡੇ ਹਾਂਜੀ ਉਹ ਉਹਨਾਂ ਨੇ ਆਪਣਾ ਸ਼ੇਅਰ ਕੀਤਾ ਸੀ ਤੇ ਗੱਲ ਥੋੜੀ ਉਧਰ ਨੂੰ ਮੁੜ ਗਈ ਪਰ ਸਾਡਾ ਟੌਪਿਕ ਅੱਜ ਹੈਗਾ ਕਿ ਕੋਈ ਐਸਾ ਪਿਆਰ ਰਿਸ਼ਤਿਆਂ ਦੀ ਗੱਲ ਜਾਂ ਕੋਈ ਐਸੀ ਚੀਜ਼ ਜਿਹੜੀ ਤੁਹਾਨੂੰ ਤੰਗ ਕਰਦੀ ਹੋਏ ਯੂ ਨੋ ਕਿ ਹਾਏ ਮੈਂ ਇਹ ਕਰ ਲਿਆ ਹੁੰਦਾ ਕਿਉਂ ਨਹੀਂ ਕੀਤਾ ਉਹ ਤਾਂ ਫਿਰ ਜ਼ਿੰਦਗੀ ਵਿੱਚ ਗੁੱਸੇ ਗਿਲੇ ਵੱਧ ਜਾਂਦੇ ਆ ਬਤੇਰੇ ਹੁੰਦੇ ਆ ਖੁਸ਼ੀ ਰਹੋ ਜੇ ਤੁਹਾਡਾ ਮਨ ਕਰਦਾ ਆ ਤੁਸੀਂ ਓਹਨੂੰ ਬੁਲਾਓ ਤੇ ਫੋਨ ਕਰੋ ਤੇ ਕੋਸ਼ਿਸ਼ ਕਰੋ ਕੋਸ਼ਿਸ਼ ਨਾਲ ਸਾਰਾ ਕੁਛ ਹੋ ਜਾਂਦਾ ਆ ਵਾਹਿਗੁਰੂ ਦਾ ਨਾਮ ਲੈ ਕੇ ਤੇ ਉਧਰ ਧਿਆਨ ਦੇਵੋ ਤੇ ਆਪੇ ਜ਼ਿੰਦਗੀ ਵਿੱਚ ਜੇ ਤੁਸੀਂ ਚਾਹੁੰਦੇ ਆ ਤਾਂ ਤੁਸੀਂ ਮਿਲ ਸਕਦੇ ਪਛਤਾਵਾ ਕਰਨ ਦੀ ਲੋੜ ਨਹੀਂ ਫਿਰ ਮੁੜ ਕੇ ਪਛਤਾਵਾ ਹੀ ਰਹਿ ਜਾਂਦਾ ਆ ਜ਼ਿੰਦਗੀ 'ਚ ਤੁਹਾਡੀ ਜ਼ਿੰਦਗੀ 'ਚ ਕੋਈ ਐਸੀ ਘੜੀ ਯਾਦ ਆਉਂਦੀ ਹੈ ਜਿਹਦੇ ਪਿੱਛੇ ਤੁਹਾਨੂੰ ਲੱਗਦਾ ਕਿ ਹਾਏ ਉਸ ਵੇਲੇ ਇਹ ਹੋਇਆ ਨਹੀਂ ਹਾਂਜੀ ਹੈਗਾ ਆ ਦੱਸੋ ਪਰ ਕੋਸ਼ਿਸ਼ ਵੀ ਕੀਤੀ ਆ ਪਰ ਹੋਈ ਨਹੀਂ ਮੇਰੀ ਬੇਟੀ ਨਾਲ ਹੀ ਏਦਾਂ ਹੋਇਆ ਆ ਇੰਡੀਅਨ ਫੈਮਿਲੀ ਚ ਕਰਵਾਇਆ ਸੀਗਾ ਪਰ ਅਸੀਂ ਚਾਹੁੰਦੇ ਸੀਗੇ ਵੀ ਆ ਸਾਡੀ ਮਰਜ਼ੀ ਨਾ ਹੋਵੇ ਇੱਕ ਆਪਣੇ ਕਲਚਰ ਚ ਏਦਾਂ ਹੀ ਆ ਵੀ ਆਪਣਾ ਇੱਜ਼ਤ ਮਹਿਸੂਸ ਕਰਦੇ ਆ ਵੀ ਸਾਡੀ ਇੱਜ਼ਤ ਰਹਿ ਜਾਵੇ ਸਾਡੀ ਇੱਜ਼ਤ ਰਹਿ ਜਾਵੇ ਪਰ ਹੁਣ ਗਾਂ ਬੱਚਿਆਂ ਦਾ ਆਪਣਾ ਸਟੈਂਡ ਆ ਬਿਲਕੁਲ ਬਿਲਕੁਲ ਆਈ ਥਿੰਕ ਇਹ ਬਹੁਤ ਤੁਸੀਂ ਬਹੁਤ ਵੱਡੀ ਗੱਲ ਕਹਿਤੀ ਕਿਉਂਕਿ ਵਾਕਈ ਜੇ ਬੱਚੀ ਉੱਥੇ ਖੁਸ਼ ਹੈ ਤੇ ਸਾਰਿਆਂ ਨੂੰ ਹੁਣ ਮੰਨ ਜਾਣਾ ਚਾਹੀਦਾ ਹੈ ਉਸ ਬੱਚੀ ਨੂੰ ਮੰਨ ਜਾਣਾ ਚਾਹੀਦਾ ਹੈ ਉਸ ਬੱਚੀ ਨੂੰ ਕਿਉਂ ਤੁਸੀਂ ਹੈਗੀ ਆ ਅਜੇ ਤੱਕ ਵੀ ਹਾਂਜੀ ਕੋਸ਼ਿਸ਼ ਤਾਂ ਹੈਗੀ ਆ ਵੀ ਬੱਚੇ ਮਿਲਣ ਗਿਲਣ ਉਹ ਫੈਮ ਉਹ ਗੱਲ ਨਹੀਂ ਬਣਦੀ ਜਦੋਂ ਹਲੇ ਤੱਕ ਮੇਰੀ ਕੋਸ਼ਿਸ਼ ਸੀਗੀ ਵੀ ਚਲੋ ਹੁਣ ਬੱਚੇ ਹੋ ਗਏ ਆ ਇਹਦੇ ਵੀ ਬੇਟੇ ਦੇ ਵੀ ਵੱਡੇ ਦੇ ਹੋ ਗਏ ਆ ਵੀ ਚਲੋ ਖੁਸ਼ੀ ਵਿੱਚ ਤਾਂ ਉਹਨਾਂ ਨੂੰ ਬੁਲਾਉਣਾ ਚਾਹੀਦਾ ਹੀ ਆ ਜੀ ਬਿਲਕੁਲ ਬਿਲਕੁਲ ਮਾਈ ਹਾਰਟ ਗੋਜ਼ ਆਊਟ ਟੂ ਦੈਟ ਗਰਲ ਜਿਹਨੂੰ ਅਸੀਂ ਵਾਂਝਾ ਰੱਖਿਆ ਹੋਇਆ ਹੈ ਭਰਾ ਵੀਰਾਂ ਦੇ ਪਿਆਰ ਤੋਂ ਜਿਹੜੇ ਘਰ ਆਉਂਦੀ ਜਾਂਦੀ ਹੈ ਘਰ ਆ ਸਕਦੀ ਹੈ ਪੇਕੇ ਆ ਸਕਦੀ ਹੈ ਹਾਂਜੀ ਨਹੀਂ ਨਹੀਂ ਘਰ ਆ ਸਕਦੀ ਮੈਂ ਕਹਿੰਦੀ ਹਾਂ ਵੀ ਤੂੰ ਆ ਬਸ ਉਹ ਕਹਿੰਦੀ ਆ ਵੀ ਜਿੰਨਾ ਚਿਰ ਮੇਰਾ ਭਰਾ ਨੀ ਕਹਿੰਦਾ ਮੈਂ ਨੀ ਆਉਣਾ ਹੈਗਾ ਫਿਰ ਉਨਾ ਚਿਰ ਤੇ ਪਾਪਾ ਦੀ ਡੈਥ ਹੋ ਗਈ ਸੀਗੀ ਪਹਿਲਾਂ ਇੰਡੀਆ ਹੀ ਤੇ ਮੈਂ ਚਾਹੁੰਦੀ ਆ ਵੀ ਮੈਂ ਆ ਜਾਵੇ ਪਰ ਉਹੀ ਪਛਤਾਵਾ ਆ ਵੀ ਮਾਂ ਨੂੰ ਔਖਾ ਹੋ ਜਾਂਦਾ ਮਾਂ ਨੂੰ ਬਹੁਤ ਔਖਾ ਹੈ
ਵਾਹਿਗੁਰੂ ਦਾ ਨਾਮ ਵੀ ਲੈਣੀ ਆ ਵੀ ਵਾਹਿਗੁਰੂ ਤੰਦਰੁਸਤੀ ਬਖਸ਼ੀ ਤੇ ਅੱਗੋ ਬੱਚਿਆਂ ਦੇ ਵਿਚ ਜਿਦਾਂ ਅੰਡਰਸਟੈਂਡ ਹੋ ਸਟੈਂਡਿੰਗ ਹੋਣੀ ਚਾਹੀਦੀ ਆ ਵੀ ਚਲੋ ਅਲੱਗ ਨਾ ਰੱਖੋ ਸਾਡਾ ਮੈਸੇਜ ਹੈ ਜਰੂਰ ਦਿਓ ਥੈਂਕ ਯੂ ਸੋ ਮਚ ਥੈਂਕ ਯੂ ਸਤਿ ਸ਼੍ਰੀ ਅਕਾਲ ਆਈ ਨੋ ਮਾਈ ਹਾਰਟ ਗੋਜ਼ ਆਊਟ ਟੂ ਦੈਟ ਗਰਲ ਕਿਉਂਕਿ ਠੀਕ ਹੈ ਉਹਨੇ ਵਿਆਹ ਆਪਣੀ ਮਰਜ਼ੀ ਦਾ ਕਰਾਇਆ ਹੈ ਨਾਲ ਕਹਿ ਰਹੇ ਨੇ ਘਰਾਂ 'ਚੋਂ ਆਪਣੇ ਘਰਾਂ 'ਚੋਂ ਹੈ ਸਭ ਕੁਛ ਹੈ ਸੋ ਬੜੀ ਯੂ ਨੋ ਅਜੀਬ ਜਿਹੀ ਗੱਲ ਤਾਂ ਨਹੀਂ ਬੜੀ ਬੜੇ ਘਰਾਂ ਦੀ ਇਹ ਗੱਲ ਹੈ ਇਸ ਪਿੱਛੇ ਅਜੀਬ ਨਹੀਂ ਹੈ ਪਰ ਸੈਡ ਜ਼ਰੂਰ ਮਾਈ ਹਾਰਟ ਰੀਅਲੀ ਗੋਜ਼ ਆਊਟ ਟੂ ਦਿਸ ਗਰਲ ਕਿ ਯੂ ਨੋ ਹੁੰਦੇ ਸੁਣਦੇ ਭਰਾ ਨਾ ਮਿਲਦੇ ਹੁਣ ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਐਂਡ ਕਮ ਬੈਕ ਸਾਰਿਆਂ ਦਾ ਫਿਰ ਸਵਾਗਤ ਹੈ ਗੱਲ ਹੋ ਰਹੀ ਹੈ ਪਛਤਾਵਾ ਰਿਗਰੈਟਸ ਦੀ ਆਈ ਨੋ ਸਿਚੁਏਸ਼ਨਸ ਕਿੰਨੀਆਂ ਸੈਡ ਬਣ ਜਾਂਦੀਆਂ ਲਾਈਫ ਛੋਟੀ ਜਿਹੀ ਹੈ ਆਈ ਥਿੰਕ ਆਈ ਨੋ ਕਹਿਣਾ ਬੜਾ ਆਸਾਨ ਹੈ ਪਿਆਰ ਨਾਲ ਹਰ ਕਿਸੇ ਨਾਲ ਕਰੀਏ ਪਰ ਕਈ ਵਾਰੀ ਆਪਣੇ ਵਾਸ ਕੁਛ ਨਹੀਂ ਹੁੰਦਾ ਸੋ ਲੁੱਕ ਐਟ ਦੈਟ ਯੂ ਨੋ ਮਦਰ ਵੀ ਜਸਟ ਟੋਕ ਟੂ I want to complete what I was saying before that ke jis tarah harminder ji ne jadon gal kiti te do cheezan main jadon keh rahi si dusri gal e ki assi chhotiyan chhotiyan gallan jivein pehli gal and dusri gal e ki doojiyan nu jis tarah unhone kisi di gal kiti apne bete di e kisde ki panch driver hain tode kol tusi rehn do waqai sab ik dooje nu paave bacche ne ki oh kuch karna cha rahe ne vadde ne te bacche encourage karan na karan oh na load paye kadi driving di ਯੂ ਨੋ ਤੁਸੀਂ ਹਮੇਸ਼ਾ ਖੜ੍ਹੇ ਰਹੋ ਯੂ ਨੋ ਵਾਹਿਗੁਰੂ ਕਰੇ ਤੁਸੀਂ ਆਲਵੇਜ਼ ਦੇਰ ਹੋਵੋ ਉਹਨਾਂ ਦੇ ਵਾਸਤੇ ਜਦੋਂ ਉਹਨਾਂ ਨੇ ਕਿਤੇ ਜਾਣਾ ਪਰ ਪੁਸ਼ ਕਰੋ ਕਿ ਇੱਕ ਸਕਿੱਲ ਹੈ ਯੂ ਨੋ ਇੱਕ ਕੌਨਫੀਡੈਂਸ ਲੈਵਲ ਉਸ ਚੀਜ਼ ਦੇ ਵਿੱਚ ਕਿ ਹਾਂ ਮੈਂ ਇੰਡੀਪੈਂਡੈਂਟ ਹਾਂ ਮੈਂ ਜਾ ਸਕਦੀ ਹਾਂ ਜਾਂ ਇੱਕ ਭਾਵੇਂ ਉਹ ਵੀ ਨਹੀਂ ਯੂ ਨੋ ਸ਼ੀ ਹੈਜ਼ ਇਨਫ ਕੌਨਫੀਡੈਂਸ ਹਰ ਚੀਜ਼ ਦੇ ਵਿੱਚ ਬਟ ਉਹ ਹੀ ਕਿ ਇੱਕ ਚੀਜ਼ ਉਹਨਾਂ ਨੂੰ ਰੋਕੋ ਨਹੀਂ ਲੈਟ ਦੈਮ ਡੂ ਇਟ ਭਾਵੇਂ ਵਿੱਚੋਂ ਡਰਾਈਵਿੰਗ ਕਲਾਸਿਸ ਨਾ ਵਿੱਚੋਂ ਛੋੜ ਦੇਣ ਆਪਣੀ ਮਰਜ਼ੀ ਨਾਲ ਛੋੜ ਦੇਵੇ ਮੈਂ ਨਹੀਂ ਕਰਨਾ ਮੈਨੂੰ ਲੋੜ ਹੀ ਨਹੀਂ ਪਰ ਕਰਨ ਜ਼ਰੂਰ ਸ਼ੁਰੂਆਤ ਜ਼ਰੂਰ ਕਰਨ ਸੋ ਨੈਵਰ ਸੇ ਨੋ ਟੂ ਐਨੀ ਵਨ ਲੈਟ ਮੀ ਟੇਕ ਅਨਦਰ ਕਾਲ ਐਂਡ ਸੀ ਕੀ ਕਹਿ ਰਹੇ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਪ੍ਰੋਗਰਾਮ ਦੇਖ ਰਹੀ ਸੀ ਪਰ ਮੈਂ ਨਾ ਮਿਸ ਕਰ ਦਿੱਤਾ ਉਹ ਗੁਰਦੀਪ ਸਿੰਘ ਦਾ ਫੋਨ ਨੰਬਰ ਮੈਂ ਉਹ ਫੋਨ ਨੰਬਰ ਲੈਣਾ ਸੀਗਾ ਮੈਂ ਟੀਵੀ ਤੇ ਨਹੀਂ ਦਵਾਂਗੀ ਉਹਨਾਂ ਨੇ ਬੇਸ਼ੱਕ ਦਿੱਤਾ ਬਟ ਆਈ ਡੋਨਟ ਥਿੰਕ ਇਟਸ ਅ ਗ੍ਰੇਟ ਆਈਡੀਆ ਸੋ ਮੈਂ ਤੁਹਾਡਾ ਨੰਬਰ ਯੂ ਨੋ ਨੋਟ ਕਰ ਰਹੀ ਹਾਂ ਔਰ ਮੈਂ ਤੁਹਾਨੂੰ ਕਾਲ ਵਾਲਾ ਨੰਬਰ ਆ ਤੇ ਇਹ ਤੇ ਤੁਸੀਂ ਨਹੀਂ ਕਰ ਸਕਦੇ ਟੈਕਸਟ ਮੈਸੇਜ ਓਕੇ ਟੈਕਸਟ ਨਹੀਂ ਕਰਾਂਗੀ ਮੈਂ ਕਾਲ ਕਰ ਦਾਂਗੀ ਓਕੇ ਜੀ ਕਹਾਵਤ ਹੈ ਕਿ ਦ ਪੇਨ ਆਫ ਰਿਗਰੈਟ ਇਜ਼ ਬਿਗਰ ਦੈਨ ਨੋਟ ਵਰਕਿੰਗ ਇਨਫ ਦ ਪੇਨ ਆਫ ਨੋਟ ਵਰਕਿੰਗ ਹਾਰਡ ਇਨਫ ਸੋ ਮਤਲਬ ਇੰਨਾ ਹੈਲੋ ਸਾਰੇ ਹਾਂਜੀ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਜ਼ਰੂਰ ਹਾਂਜੀ ਤੁਸੀਂ ਸਾਰਾ ਆਪਣਾ ਆਪਣੀ ਜਗ੍ਹਾ ਤੇ ਜਾਂਦੇ ਹੋ ਸਭ ਜਗ੍ਹਾ ਹੈ ਨਾ ਹੋਰ ਕੋਈ ਗੱਲ ਦੱਸੋ ਜਿਹਦੇ ਤੁਹਾਨੂੰ ਲੱਗੇ ਕਿ ਮੈਂ ਇਹ ਚੀਜ਼ ਪਛਤਾਵਾ ਕਿਸੇ ਚੀਜ਼ ਦਾ
ਜਿੱਦਾਂ ਮੈਂ ਲਾਇਸੈਂਸ ਆਪਣਾ ਮੰਗ ਲੂਜ ਕਰ ਲਵਾਂ, ਮੇਰਾ ਹਸਬੈਂਡ ਕਹਿੰਦੇ ਨਹੀਂ, ਮੈਂ ਕੁਛ ਕੀਤਾ ਨੀ, ਕਹਿੰਦੇ ਨਹੀਂ ਤੂੰ ਲਾਇਸੈਂਸ ਆਪਣਾ ਲੂਜ ਨਾ ਕਰ, ਲੈ ਲੈ ਨੈਕਸਟ ਟਾਈਮ ਤੈਨੂੰ ਕੋਈ ਵੀ ਕੋਈ ਜਵਾਬ ਦਊਗਾ ਉਹ ਫੀਲ ਕਰਨਾ ਮੇਰੇ ਕੋਲ ਲਾਇਸੈਂਸ ਹੈ ਨਹੀਂ, ਹੈ ਨਾ, ਪਛਤਾਵਾ ਫਿਰ ਇਹਦਾ ਜ਼ਿੰਦਗੀ 'ਚ। ਸੋਚਿਆ ਆਪਣੀ ਵੱਲੋਂ ਇੱਕ ਮੈਸੇਜ ਸਾਰਿਆਂ ਨੂੰ ਜ਼ਰੂਰ ਦਿੱਤਾ, ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗ ਰਿਹਾ ਕਿ ਮੈਂ ਨਹੀਂ ਵੀ ਕਹਿੰਦੀ ਸੀ ਤਾਂ ਵੀ ਮੇਰੇ ਨੇੜੇ ਤੇੜੇ ਜਿਹੜੇ ਮੇਰੇ ਹਸਬੈਂਡ ਸੀ ਉਹਨਾਂ ਨੇ ਮੈਨੂੰ ਪੁਸ਼ ਕੀਤਾ ਕਿ ਨਹੀਂ ਜ਼ਰੂਰ ਲੈਣਾ ਤੂੰ, ਸੋ ਦੈਟਸ ਗੁੱਡ। ਬਟ ਆਪਣਾ ਰਿਗਰੈਟ ਉਹਨਾਂ ਨੇ ਨਹੀਂ ਸ਼ੇਅਰ ਕੀਤਾ। ਉਹੀ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਕਈ ਵਾਰੀ ਐਸੇ ਮੋੜ 'ਤੇ ਖੜ੍ਹਾ ਕਰ ਦਿੰਦੀਆਂ ਜਿਹੜੀਆਂ ਲੱਗਦਾ ਕਿ ਹਾਏ ਉਸ ਵੇਲੇ ਇਹ ਹੁੰਦਾ, ਭਾਵੇਂ ਉਹ ਬਿਲਕੁਲ ਵੀ ਆਪਣੇ ਹੱਥ ਨਹੀਂ ਸੀ, ਉਹ ਸਿਚੁਏਸ਼ਨ ਬਿਲਕੁਲ ਹੱਥ ਨਹੀਂ ਸੀ। ਯੂ ਨੋ ਮੈਂ ਇੱਕ ਜਿਹੜੀ ਹੁਣੇ ਟੈਕਸਟ ਆਇਆ ਮੈਂ ਬ੍ਰੇਕ ਦੇ ਵਿੱਚ ਪੜ੍ਹਦੀ ਪਈ ਸੀ, ਕਹਿੰਦੇ ਨੇ ਕਿ ਮੈਂ ਨਾ ਇੱਕ ਹੁਣ ਡਿਵੋਰਸਡ ਹੈਗੀ ਹਾਂ, ਬਟ ਮੈਨੂੰ ਬਹੁਤ ਰਿਗਰੈਟ ਹੁੰਦਾ ਇਸ ਚੀਜ਼ ਦਾ ਕਿ ਜਦੋਂ ਮੇਰੇ ਹਸਬੈਂਡ ਨੇ ਮੇਰੇ ਤੋਂ ਡਿਵੋਰਸ ਮੰਗਿਆ ਤਾਂ ਮੈਨੂੰ ਬਿਲਕੁਲ ਅਹਿਸਾਸ ਹੀ ਨਹੀਂ ਸੀ ਕਿ ਉਹਨਾਂ ਨੂੰ ਕੋਈ ਮੇਰੇ ਤੋਂ ਪ੍ਰੋਬਲਮ ਹੈ, ਔਰ ਮੈਂ ਕਾਫੀ ਦੇਰ ਤੱਕ ਮੈਨੂੰ ਇਸ ਚੀਜ਼ ਨਾਲ ਮਤਲਬ ਆਈ ਕੋਂਟ ਗੈਟ ਇਨ ਟਰਮਸ ਵਿਦ ਦਿਸ, ਮੈਂ ਉਸ ਚੀਜ਼ ਨੂੰ ਮੰਨ ਹੀ ਨਹੀਂ ਸਕੀ, ਮੈਨੂੰ ਬਿਲੀਵ ਹੀ ਨਹੀਂ ਹੁੰਦਾ ਸੀ। ਮੇਰੇ ਦੋ ਬੱਚੇ ਸੀ ਐਂਡ ਮੈਂ ਸੋਚਦੀ ਸੀ ਕਿ ਸਭ ਕੁਛ ਜ਼ਿੰਦਗੀ 'ਚ ਠੀਕ ਹੈ, ਇਹਨਾਂ ਨੇ ਮੇਰੇ ਤੋਂ ਡਿਵੋਰਸ ਮੰਗਿਆ ਕਿਉਂ ਹੈ। ਪਰ ਕਹਿੰਦੇ ਕਿ ਮੈਂ ਇੱਥੇ ਦੀ ਜੰਮ ਪਲਾਂ, ਬਟ ਮੈਂ ਇਹ ਦੇਖਿਆ ਬਾਅਦ ਵਿੱਚ ਜਦੋਂ ਮੇਰਾ ਗੁੱਸਾ ਦਰਦ ਘਟਣਾ ਸ਼ੁਰੂ ਹੋਇਆ ਤਾਂ ਮੈਨੂੰ ਸਮਝ ਆਈ ਕਿ ਮੈਂ ਉਹ ਮੇਰਾ ਰਿਗਰੈਟ ਵੱਧਦਾ ਰਿਹਾ ਉਸ ਤੋਂ ਬਾਅਦ। ਕਹਿੰਦੀ ਪਹਿਲੇ ਤਾਂ ਮੈਨੂੰ ਗੁੱਸਾ ਸੀ ਕਿ ਉਹ ਇੰਝ ਕਿਉਂ ਕਰ ਰਿਹਾ, ਪਰ ਜਦੋਂ ਮੇਰਾ ਉਹ ਘਟਿਆ ਤਾਂ ਮੇਰਾ ਰਿਗਰੈਟ ਵਧਿਆ। ਔਰ ਮੇਰਾ ਅੱਜ ਤੱਕ ਇਹ ਰਿਗਰੈਟ ਹੈ ਕਿ ਮੈਂ ਜਦੋਂ ਆਪਣਾ ਮੈਰਿਡ ਲਾਈਫ ਸ਼ੁਰੂ ਕੀਤੀ ਮੈਂ ਇੰਨੀ ਨੀਟ ਐਂਡ ਕਲੀਨ ਰਹਿੰਦੀ ਸੀ, ਸਾਰਿਆਂ ਨੂੰ ਨੀਟ ਐਂਡ ਕਲੀਨ ਰਹਿਣ ਨੂੰ ਮਜਬੂਰ ਕਰਦੀ ਸੀ, ਹੈਲਦੀ ਖਾਣਾ ਸਾਰਾ ਕੁਛ, ਮੈਂ ਬੱਚਿਆਂ ਨੂੰ ਵੀ ਹਸਬੈਂਡ ਨੂੰ ਵੀ ਮਤਲਬ ਇਹ ਚੀਜ਼ ਐਸੇ ਇਸ ਤਰ੍ਹਾਂ ਕਰਨੀ ਹੈ, ਇੰਨੇ ਟਾਈਮ 'ਤੇ ਉੱਠਣਾ, ਇੰਨੇ ਟਾਈਮ 'ਤੇ ਸੋਣਾ, ਸਾਰੀ ਸਫਾਈ ਇੰਜ ਕਰਨੀ ਹੈ, ਯੂ ਨੋ ਹੈਲਦੀ ਖਾਣਾ ਖਾਣਾ ਹੈ, ਸ਼ਰਾਬ ਨਹੀਂ ਬਿਲਕੁਲ ਪੀਣੀ, ਸਾਰਾ ਕੁਛ। ਕਹਿੰਦੀ ਮੈਨੂੰ ਇੰਝ ਲੱਗਿਆ ਕਿ ਮੈਂ ਵਾਈਫ ਨਾ ਬਣ ਕੇ ਇੱਕ ਕੌਪ ਬਣੀ ਰਹੀ, ਬੱਚਿਆਂ ਵਾਸਤੇ ਵੀ ਮਾਂ ਨਾ ਬਣ ਕੇ ਕੌਪ ਬਣੀ ਰਹੀ ਵੀ ਇਸ ਤਰ੍ਹਾਂ। ਕਹਿੰਦੇ ਜਦੋਂ ਮੇਰਾ ਡਿਵੋਰਸ ਮੰਗਿਆ ਤਾਂ ਬੱਚੇ ਮੈਂ ਸੋਚਿਆ ਸੀ ਕਿ ਉਹ ਤਾਂ ਚਾਂਸ ਹੀ ਨਹੀਂ, ਉਹ ਤਾਂ ਮੇਰੇ ਵੱਲ ਹੀ ਹੋਣਗੀਆਂ ਕਿਉਂਕਿ ਮੇਰੇ ਦੋਨੋਂ ਕੁੜੀਆਂ। ਸੋ ਜਦੋਂ ਲੱਗਿਆ ਕਿ ਉਹ ਇਹ ਨਹੀਂ ਸੋਚ ਰਹੀਆਂ ਕਿ ਮੈਂ ਤੁਹਾਡੇ ਨਾਲ ਹੀ, ਭਾਵੇਂ ਮੇਰੇ ਨਾਲ ਹੀ ਨੇ ਹੁਣ, ਪਰ ਉਸ ਵੇਲੇ ਜਦੋਂ ਉਸ ਚੀਜ਼ ਨੇ ਮੈਨੂੰ ਹਿਲਾ ਕੇ ਰੱਖਤਾ ਕਿ ਮੇਰੇ ਬੱਚੇ ਇਹ ਸੋਚ ਰਹੇ ਹੈ ਕਿ ਮੈਂ ਮਾਂ ਨਾਲ ਰਵਾਂ ਕਿ ਨਾ ਰਵਾਂ, ਅਤੇ ਮੈਨੂੰ ਲੱਗਿਆ ਕਿ ਬੱਚਿਆਂ ਵਾਸਤੇ ਵੀ ਮੈਂ ਠੀਕ ਨਹੀਂ ਕਰ ਰਹੀ ਸੀ। ਸੋ ਉਹ ਇੰਝ ਲੱਗ ਰਿਹਾ ਸੀ ਕਿ ਜਿਵੇਂ ਉਹ ਜ਼ਬਰਦਸਤੀ ਮੈਂ ਉਹਨਾਂ ਤੋਂ ਬੜਾ ਚੀਜ਼ਾਂ ਕਰਾਉਂਦੀ ਸੀ, ਖਾਣਾ ਠੀਕ ਕਰਨਾ, ਇਹ ਚੀਜ਼ ਕਰਨੀ ਹੈ, ਪਾਠ ਜ਼ਰੂਰ ਕਰਨਾ, ਕੀਰਤਨ ਜ਼ਰੂਰ ਕਰਨਾ, ਸਭ ਕੁਛ ਮਤਲਬ ਮੈਂ ਇੱਕ ਜ਼ੋਰ 'ਚ ਕਰਾ ਰਹੀ ਸੀ ਸਾਰਿਆਂ ਤੋਂ। ਉਹ ਮੇਰਾ ਬੜਾ ਵੱਡਾ ਰਿਗਰੈਟ ਹੈ। ਸੋ ਥੈਂਕ ਯੂ ਸੋ ਮੱਚ। ਭਾਵੇਂ ਉਹ ਖੁਦ ਨਹੀਂ ਯੂ ਨੋ ਆਉਣਾ ਚਾਹੁੰਦੇ ਸੀ, ਕਾਲ ਨਹੀਂ ਕਰਨਾ ਚਾਹੁੰਦੇ ਸੀ, ਉਹਨਾਂ ਨੇ ਲਿਖ ਕੇ ਭੇਜਿਆ, ਬਟ ਆਈ ਰੀਅਲੀ ਐਪਰੀਸ਼ੀਏਟ, ਕਿਉਂਕਿ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਅਸੀਂ ਬਹੁਤ ਇੱਕ ਫੇਵਰ ਕਰ ਰਹੇ ਹਾਂ, ਯੂ ਨੋ ਇੱਕ ਡਿਸਿਪਲਿਨ 'ਚ ਰੱਖ ਰਹੇ ਹਾਂ ਸਭ ਨੂੰ, ਇੱਕ ਘਰ ਨੂੰ ਅਸੀਂ ਸੰਭਾਲਿਆ ਹੋਇਆ, ਅਸੀਂ ਸਭ ਕੁਛ ਇੰਝ ਕਰ ਰਹੇ ਹਾਂ ਕਿ ਯੂ ਨੋ ਜਿੰਝ ਕਰਨਾ ਚਾਹੀਦਾ ਸਾਨੂੰ। ਮੈਂ ਘਰ ਦੀ ਮਤਲਬ ਇੱਕ ਲੀਡ ਕਰ ਰਿਹਾ, ਹਰ ਚੀਜ਼ ਆਪਣੇ ਟਾਈਮ 'ਤੇ ਹੋ ਰਹੀ ਹੈ, ਔਰਗੈਨਿਕ ਫੂਡ ਜਾਂ ਹੈਲਦੀ ਫੂਡ ਮੈਂ ਖਵਾ ਰਹੀ ਹਾਂ, ਬਟ ਦੈਟਸ ਨੋਟ ਦੈਟ ਇੰਪੋਰਟੈਂਟ। ਅਗਰ ਸਾਰੇ ਉਸਨੂੰ ਇੱਕ ਜੇਲ੍ਹ ਸਮਝ ਰਹੇ ਹੈ ਜਾਂ ਸੋਚ ਰਹੇ ਹਾਂ ਕਿ ਅਸੀਂ ਆਪਣੀ ਕੁਛ ਕਰ ਹੀ ਨਹੀਂ ਸਕਦੇ, ਇੱਕ ਡਿਕਟੇਟਰਸ਼ਿਪ ਦੇ ਵਿੱਚ ਕਰ ਰਹੇ ਹੈ, ਅਤੇ ਉਹ ਫਿਰ ਦੈਟਸ ਨੋਟ ਅ ਗੁੱਡ ਆਈਡੀਆ। ਸੋ ਉਹਨਾਂ ਨੇ ਇਹ ਸ਼ੇਅਰ ਕੀਤਾ ਜਿਹੜਾ ਕਿ ਬਹੁਤ ਵੱਡੀ ਚੀਜ਼ ਹੈ, ਔਰ ਆਈ ਐਮ ਸੋ ਹੈਪੀ ਕਿ ਉਹਨਾਂ ਨੇ ਇਕਨੋਲੇਜ ਕਰ ਲਈ, ਨਹੀਂ ਤਾਂ ਉਹ ਗੁੱਸੇ ਦੇ ਵਿੱਚ ਹੀ ਇੰਨਾ ਟਾਈਮ ਨਿਕਲ ਜਾਂਦਾ। ਆਫਕੋਰਸ ਰਿਗਰੈਟ ਦਾ ਪੇਨ ਵੀ ਬਹੁਤ ਵੱਡਾ ਹੈ, ਪਰ ਐਟਲੀਸਟ
responsibility ਉਹਨਾਂ ਨੇ ਲਈ, ਹੁਣ ਨਾ ਉਹ ਸ਼ੀ ਇਜ਼ ਰੈਡੀ ਟੂ ਮੂਵ ਔਨ. ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਐਂਡ ਕਮ ਬੈਕ. ਸਾਰਿਆਂ ਦਾ ਫਿਰ ਸਵਾਗਤ ਹੈ. ਆਈ ਨੋ ਰਿਗਰੈਟ, ਪਿਆਰ ਦੇ ਮਹੀਨੇ ਦੇ ਵਿੱਚ ਰਿਗਰੈਟ ਦੀ ਗੱਲਾਂ ਕਰਨੀਆਂ, ਅਫਕੋਰਸ ਕਨੈਕਸ਼ਨ ਬਹੁਤ ਕਲੋਜ਼ ਹੈ, ਬਹੁਤ ਕਲੋਜ਼ ਹੈ, ਕਿਉਂਕਿ ਸਾਡਾ ਦਿਲ ਉੱਥੇ ਹੀ ਦੁਖਦਾ ਹੈ ਜਦੋਂ ਅਸੀਂ ਜ਼ਿਆਦਾ ਇਨਵੋਲਵਡ ਹੁੰਦੇ ਹਾਂ. ਇਨਵੋਲਵਡ ਕਦੋਂ ਹੁੰਦੇ ਹਾਂ? ਜਦੋਂ ਅਸੀਂ ਪਿਆਰ ਦੇ ਨਾਲ ਪਹਿਲੇ ਨਿੱਘੇ ਹੁੰਦੇ ਹਾਂ, ਜਿਵੇਂ ਸ਼ੁਰੂਆਤ ਹੀ ਅੱਜ ਗੁਰਦੀਪ ਜੀ ਨੇ ਜਦੋਂ ਕੀਤੀ ਤਾਂ ਪਿਓ ਦੇ ਚਲੇ ਜਾਣ ਦਾ ਰਿਗਰੈਟ ਕਿ ਉਹ ਹੀ ਮੇਰੇ ਵਾਸਤੇ ਸਭ ਕੁਝ ਸੀ, ਪਰ ਮੈਂ ਉਹਨਾਂ ਨੂੰ ਹੀ ਸ਼ਾਇਦ ਕਿਸੇ ਇਸ ਤਰ੍ਹਾਂ ਭੇਜਤਾ ਕਿ ਜਿਵੇਂ ਉਹਨਾਂ ਦੀ ਰੰਜਿਸ਼ ਰਹਿ ਗਈ ਹੋਏ. ਸੋ ਦੋਨੋਂ ਰਿਗਰੈਟ ਔਰ ਪਿਆਰ ਦਾ ਬਹੁਤ ਗਹਿਰਾ ਸੰਬੰਧ ਹੈ. ਬੜੇ ਸਾਰੇ ਯੂ ਨੋ ਇਸ ਤਰ੍ਹਾਂ ਦੇ ਰਿਗਰੈਟਸ ਜਿਹੜੇ ਸੁਣੇ ਨੇ ਕਿ ਜਿਹੜੇ ਕਿ ਭਰਾਵਾਂ ਨਾਲ ਬੋਲਦੇ ਨਹੀਂ, ਸ਼ਰੀਕਾਂ ਨਾਲ, ਜਿਹੜੇ ਸਾਡੇ ਪੰਜਾਬੀਆਂ 'ਚ ਗੱਲ ਬਣੀ ਹੋਈ ਹੈ, ਕਦੀ ਪ੍ਰੋਪਰਟੀ ਪਿੱਛੇ, ਕਦੀ ਰਿਸ਼ਤਿਆਂ ਪਿੱਛੇ. ਓਲਡਰ ਟਾਈਮਸ ਦੇ ਵਿੱਚ ਕਿਹਨੇ ਕਿਹਦਾ ਰਿਸ਼ਤਾ ਨਹੀਂ ਲਿਆ, ਯੂ ਨੋ, ਅਗਰ ਲੈ ਲਿਆ ਤਾਂ ਉਹਨੂੰ ਜਿਹਦੇ ਥਰੂ ਰਿਸ਼ਤਾ ਹੋਇਆ ਉਹ ਠੀਕ ਨਹੀਂ ਬੈਠਾ, ਬਈ ਉਹਦਾ ਕੀ ਕਸੂਰ ਹੈ ਵਿੱਚ ਕਰ ਲਏ ਬੰਦੇ ਦਾ. ਬਟ ਦ ਥਿੰਗ ਇਜ਼ ਕਿ ਇਸ ਤਰ੍ਹਾਂ ਦੇ ਵਾਸਤੇ ਬਹੁਤ ਸਾਰੇ ਗਿਲੇ ਸ਼ਿਕਵੇ ਹੁੰਦੇ ਸੀ, ਔਰ ਕਿੰਨੀ ਕਿੰਨੀ ਦੇਰ ਜ਼ਿੰਦਗੀਆਂ ਦੇ ਉਹਦੇ ਵਿੱਚ ਨਿਕਲ ਜਾਂਦੇ ਸੀ ਕਿ ਤੁਸੀਂ ਆਪਸ 'ਚ ਗੱਲ ਹੀ ਨਹੀਂ ਕੀਤੀ. ਐਂਡ ਆਈ ਐਮ ਸ਼ੋਰ ਜਦੋਂ ਯੂ ਨੋ ਯਾ ਤੁਸੀਂ ਗੱਲ ਕਰ ਲਈ ਬਹੁਤ ਸਾਲਾਂ ਬਾਅਦ, ਅਤੇ ਉਹ ਸਾਰਾ ਪੀਰੀਅਡ ਗੁਆਤਾ, ਸਾਰੀ ਜਵਾਨੀ, ਸਾਰਾ ਯੂ ਨੋ ਜ਼ਿੰਦਗੀ ਦਾ ਇੱਕ ਅਹਿਮ ਪੀਰੀਅਡ ਗੁਆਤਾ, ਜਾਂ ਫਿਰ ਚਲੇ ਗਏ ਇੰਝ ਹੀ, ਅਤੇ ਜਾਂਦਿਆਂ ਇਹ ਰਿਗਰੈਟ ਤਾਂ ਜ਼ਰੂਰ ਹੋਣਾ ਕਿ ਜਿਹਦੇ ਨਾਲ ਖੇਡ ਵੱਡੇ ਹੋਏ ਸੀ, ਭਾਵੇਂ ਉਹ ਭਰਾ ਹੋਏ, ਦੋਸਤ ਹੋਏ, ਜਾਂ ਕੋਈ ਯੂ ਨੋ, ਉਹਦੇ ਨਾਲ ਗੱਲ ਨਹੀਂ ਕੀਤੀ. ਆਈ ਵਿਸ਼ ਕਿ ਦੁਬਾਰਾ ਮਿਲ ਜਾਂਦੇ ਔਰ ਗਲਵੱਕੜੀ 'ਚ ਲੈ ਲੈਂਦੇ, ਯੂ ਨੋ, ਇੱਕ ਜਾਦੂ ਦੀ ਜੱਫੀ ਪਾ ਲੈਂਦੇ, ਅਤੇ ਸ਼ਾਇਦ ਸਾਰਾ ਗੁੱਸਾ ਠੰਡਾ ਹੋ ਜਾਂਦਾ. ਸੋ ਆਈ ਮੈਨੂੰ ਲੱਗਦਾ ਕਿ ਜ਼ਰੂਰ ਦਿਮਾਗ ਦੇ ਵਿੱਚ ਰਹਿ ਜਾਂਦਾ ਹੋਣਾ. ਔਰ ਉਹਦੇ ਵਿੱਚ ਇੱਕ ਅਹਿਮ ਦਾ ਬਹੁਤ ਹੱਥ ਹੈ, ਜਿੱਥੇ ਅਸੀਂ ਕਹਿੰਦੇ ਹਾਂ ਕਿ ਯੂ ਨੋ ਬਹੁਤ ਜ਼ਿਆਦਾ ਦੋਨੋਂ ਪਾਸੇ ਇੱਕ ਅਹਿਮ ਹਾਵੀ ਹੋ ਜਾਂਦਾ ਕਿ ਮੈਂ ਕਿਉਂ ਕਰਾਂ. ਸੋ ਇੱਕ ਬਹੁਤ ਸੋਹਣੀ ਮੈਨੂੰ ਸੇਇੰਗ ਯਾਦ ਆ ਰਹੀ ਹੈ ਰੂਮੀ, ਅਗੇਨ ਵਨ ਆਫ ਮਾਈ ਯੂ ਨੋ ਫੇਵਰੇਟ ਪੋਇਟਸ. ਉਹਦੇ 'ਚ ਹੈਗਾ ਕਿ ਲਿਸਨ ਓ ਡਰੋਪ, ਗਿਵ ਯੋਰ ਸੈਲਫ ਅਪ ਵਿਦਆਊਟ ਰਿਗਰੈਟ ਐਂਡ ਇਨ ਐਕਸਚੇਂਜ ਗੇਨ ਦ ਓਸ਼ਨ. ਸੋ ਮਤਲਬ ਕੰਪਲੀਟ ਸਰੈਂਡਰੈਂਸ ਦੀ ਗੱਲ ਹੋ ਰਹੀ ਹੈ. ਉਸ ਪਿਆਰ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਭੁੱਲ ਜਾਓ, ਅਤੇ ਤੁਸੀਂ ਰਿਟਰਨ 'ਚ ਪਾਓਗੇ ਕਿ ਪੂਰਾ ਸਮੁੰਦਰ, ਤੁਸੀਂ ਇੱਕ ਤਿਨਕਾ ਹੋ, ਇੱਕ ਡਰੋਪ ਹੋ, ਬਟ ਅਸੀਂ ਆਪਣੇ ਆਪ ਦਾ ਮੌਜੂਦ, ਜਿਵੇਂ ਮੌਜੂਦ ਚਲਾ ਨਾ ਜਾਏ, ਇਸ ਪਿੱਛੇ ਅਸੀਂ ਆਪ ਹੀ ਰਹੀ, ਮੇਰੀ ਅਹਿਮੀਅਤ ਹੈ, ਮੇਰੀ ਵੀ ਕੋਈ ਈਗੋ ਹੈ, ਇਸ ਚੱਕਰ 'ਚ ਅਸੀਂ ਆਪਣੇ ਆਪ 'ਚ ਹੀ ਰਹਿ ਜਾਂਦੇ ਹਾਂ, ਔਰ ਸ਼ਾਇਦ ਓਸ਼ਨ, ਦ ਯੂਨੀਵਰਸ, ਦ ਲਵ ਦਾ ਜਿਹੜਾ ਨਾ ਉਹਦੇ 'ਚ ਮਿਲਦੇ ਨਹੀਂ. ਲੈਟ ਮੀ ਟੇਕ ਅ ਸ਼ੋਰਟ ਵਨ ਮੋਰ ਕਾਲ. ਹੈਲੋ, ਹਾਂਜੀ ਹਾਂਜੀ, ਮੈਂ ਇੱਕ ਗੱਲ ਹੋਰ ਯਾਦ ਆ ਗਈ. ਦੱਸੋ ਕਿ ਕਈ ਵਾਰੀ ਇੰਜ ਹੁੰਦਾ ਕਿ ਬਹੁਤ ਚੰਗਾ ਹੋਣਾ ਵੀ ਜ਼ਿੰਦਗੀ ਵਿੱਚ ਸਮ ਟਾਈਮ ਤੋਂ ਰਿਗਰੈਟ ਫੀਲ ਕਰਨਾ ਪੈਂਦਾ. ਓ ਰੀਲੀ? ਅੱਛਾ, ਕਿਸ ਤਰ੍ਹਾਂ? ਹਾਂਜੀ, ਕਿਸ ਤਰ੍ਹਾਂ? ਜਸਟ ਇਟਸ ਨਾਟ ਹੈਪਨ ਟੂ ਮੀ. ਹਾਂਜੀ, ਪਰ ਮੇਰੀ ਖਾਸ ਸਕੂਲ ਮੈਂ ਪੜਾਉਂਦੀ ਹਾਂ, ਮੇਰੇ ਨਾਲ ਇੱਕ ਕੁੜੀ ਆਈਟੀ ਦੀ ਕੁੜੀ ਹੈ, ਕੰਮ ਕਰਦੀ ਹੈ. ਜੀ, ਸ਼ੀ ਇਜ਼ ਟੂ ਗੁੱਡ, ਕਿ ਉਹਨੂੰ ਆਪਣੇ ਇਨ-ਲਾਜ਼ ਦੇ ਵਾਸਤੇ ਘਰ ਛੱਡਣਾ ਪੈ ਗਿਆ. ਆਈ ਮੀਨ ਆਪ ਉਹ ਰੈਂਟਡ ਅਪਾਰਟਮੈਂਟ 'ਚ ਰਹਿਣ ਲੱਗ ਪਈ ਹੈ, ਉਹਨੂੰ ਘਰ ਛੱਡਣਾ ਪਿਆ ਕਿ ਘਰ 'ਚ ਗੱਲ ਕਰਨਾ ਹੋਵੇ, ਬਜ਼ੁਰਗ ਲੋਕ ਨੇ, ਐਨ ਉਹਨਾਂ ਬਜ਼ੁਰਗਾਂ ਨੇ ਉਹਦੀ ਜ਼ਿਆਦਾ ਚੰਗੇ ਹੋਣ ਦਾ ਫਾਇਦਾ ਉਠਾਇਆ. ਤੇ ਇਸ ਕਰਕੇ ਮੈਂ ਕਹਿ ਰਹੀ ਹਾਂ ਕਿ ਜ਼ਿੰਦਗੀ ਵਿੱਚ ਉਹਨੂੰ ਤਾਂ ਰਿਗਰੈਟ ਨਹੀਂ ਹੋਇਆ, ਕਹਿੰਦੀ ਆਂਟੀ ਜੀ ਕੋਈ ਗੱਲ ਨਹੀਂ, ਬਜ਼ੁਰਗ ਨੇ, ਮੈਂ ਉਹਨਾਂ ਵਾਸਤੇ ਛੱਡ ਦਿੱਤਾ. ਪਰ ਮੈਨੂੰ ਫੀਲ ਹੁੰਦਾ ਹੈ ਕਿ ਉਹਦੀ ਚੰਗਿਆਈ ਦਾ ਫਾਇਦਾ ਉਠਾਇਆ ਜਾ ਰਿਹਾ. ਆਈ ਨੋ, ਆਈ ਨੋ. ਇਸ ਵਾਸਤੇ ਕਈ ਵਾਰੀ ਬਹੁਤ ਚੰਗਾ ਹੋਣਾ ਵੀ ਜ਼ਿੰਦਗੀ ਵਿੱਚ ਤੁਹਾਨੂੰ ਰਿਗਰੈਟ ਫੀਲ ਕਰਨਾ ਪੈਂਦਾ. I am not sure. It's a debatable point aur bada acha point hai ki kisi hor vele assi pure ghante waste ye wali gal kar sakde ha, kyunki mainu lagda hai Harminder ji ke dusre nu dekh ke ki haaye you know changa hona ho, pata nahi ode mann de vich ki hai. Regret is very personal. Yeah, nahi nahi, ohi gal personal hai. Haan. But I talked
ਹੁਣ ਉਹ ਰੋਂਦੀ ਹੈ ਹਾਏ ਕਿਉਂਕਿ ਹੁਣ ਉਹ ਰੋਂਦੀ ਹੈ ਐਂਡ ਨਾਓ ਸ਼ੀ ਇਜ਼ ਲੁਕਿੰਗ ਬੋਥ ਹਸਬੈਂਡ ਵਾਈਫ ਆਰ ਆਈ ਟੀ ਪਰਸਨ ਦੇ ਹੈਵ ਇਨਫ ਮਨੀ ਮਤਲਬ ਚੱਕ ਮੰਨਦੇ ਨੇ ਸੋ ਆਈ ਸੁਜੈਸਟਿਡ ਹਰ ਵਾਈ ਯੂ ਕੈਨ ਬਾਏ ਏ ਨਿਊ ਹਾਊਸ ਨਾਓ ਦੇ ਆਰ ਲੁਕਿੰਗ ਫਾਰ ਏ ਨਿਊ ਹਾਊਸ ਬਾਏ ਕਰਨਗੇ ਬਟ ਉਹਦੀ ਚੰਗਿਆਈ ਦਾ ਫਾਇਦਾ ਉਠਾਇਆ ਗਿਆ ਹੈ ਜੀ ਮੈਂ ਸਮਝਦੀ ਹਾਂ ਵੀ ਸ਼ੁੱਡ ਲਰਨ ਟੂ ਸੇ ਲਾਈਕ ਯੂ ਨੋ ਆਪਣੀ ਬਾਉਂਡਰੀਜ਼ ਕਲੀਅਰ ਕਿ ਬਾਅਦ ਵਿੱਚ ਜਿਹੜਾ ਸਾਨੂੰ ਦੈਟਸ ਅਗੇਨ ਕਮਸ ਇਨ ਰਿਗਰੈਟ ਅਗਰ ਉਹ ਵਾਕਈ ਉਸ ਤਰ੍ਹਾਂ ਸੋਚ ਰਹੀ ਹੈ ਕਿ ਪਹਿਲੇ ਤੁਸੀਂ ਇੰਨਾ ਜ਼ਿਆਦਾ ਚੰਗੇ ਬਣੋ ਔਰ ਫਿਰ ਬਾਅਦ ਵਿੱਚ ਤੁਸੀਂ ਲੱਗੇ ਕਿ ਤੁਹਾਡਾ ਆਪਣਾ ਸਰਵਾਈਵਲ ਔਖਾ ਹੋਇਆ ਹੋਇਆ ਹੈ ਹਾਂਜੀ ਜੀ ਜੀ ਔਖਾ ਹੋ ਰਿਹਾ ਕਿਉਂਕਿ ਮੈਂ ਕਿਹਾ ਕਿ ਸਾਨੂੰ ਜ਼ਿੰਦਗੀ ਵਿੱਚ ਨੋ ਕਰਨਾ ਆਉਣਾ ਚਾਹੀਦਾ ਦੈਟਸ ਯੂ ਨੀਡ ਟੂ ਸੇ ਨੋ ਵੈਨ ਯੂ ਵਾਂਟ ਟੂ ਸੇ ਨੋ ਰਾਈਟ ਰਾਈਟ ਯੂ ਇੰਨਾ ਚੰਗਾ ਨਾ ਬਣੇ ਕਿ ਤੁਸੀਂ ਇੱਜ਼ਤ ਦੇ ਮਾਰੇ ਨੋ ਵੀ ਨਾ ਕਰ ਸਕੋ ਤੇ ਫਿਰ ਬਾਅਦ ਵਿੱਚ ਆਪਣੇ ਮਨ ਵਿੱਚ ਫੀਲ ਹੋ ਕਿ ਆਈ ਡਿਡ ਦੈਟ ਤੇ ਤੁਹਾਡਾ ਨਜਾਇਜ਼ ਫਾਇਦਾ ਉਠਾਇਆ ਗਿਆ ਜੀ 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 ਬਹੁਤ ਵਧੀਆ ਥੈਂਕ ਯੂ ਸੋ ਮਚ ਹਰਮਿੰਦਰ ਜੀ ਰੀਅਲੀ ਐਪਰੀਸ਼ੀਏਟ ਓਕੇ ਥੈਂਕ ਯੂ ਹਾਂਜੀ ਯੂ ਨੋ ਕਹਿਣ ਨੂੰ ਕਈਆਂ ਨਾ ਇਹ ਹੈ ਬਟ ਰਿਗਰੈਟ ਦਾ ਮੇਰਾ ਪੁਆਇੰਟ ਡਿਫਰੈਂਟ ਸੀ ਕਿ ਕਈ ਵਾਰੀ ਉਹ ਤਾਂ ਉਹਨਾਂ ਨੇ ਕਿਹਾ ਨਾ ਮੈਂ ਹੁਣ ਗੱਲ ਕੀਤੀ ਹੈ ਯੂ ਨੋ ਕਿ ਹਾਂ ਉਹ ਵੀ ਸੋਚਦੀ ਹੈ ਪਰ ਕਈ ਵਾਰੀ ਅਸੀਂ ਦੂਜੇ ਨੂੰ ਦੇਖ ਕੇ ਰਿਗਰੈਟ ਨਹੀਂ ਸਮਝ ਸਕਦੇ ਬਿਕਾਜ਼ ਇਤਨਾ ਪਰਸਨਲ ਹੈ ਅਸੀਂ ਕਿਹੜੀ ਚੀਜ਼ ਨੂੰ ਲੈਂਦੇ ਹਾਂ ਔਰ ਕਿਹੜੀ ਚੀਜ਼ ਨੂੰ ਨਹੀਂ ਲੈਂਦੇ ਉਹ ਬੜੀ ਡਿਫਰੈਂਟ ਹੈ ਈਵਨ ਯੂ ਨੋ ਕਈ ਚੀਜ਼ਾਂ ਆਪਣੀ ਡਾਟਰ ਜਿਹਨੂੰ ਅਸੀਂ ਸੋਚਦੇ ਹਾਂ ਪੂਰੀ ਤਰ੍ਹਾਂ ਜਾਣਦੇ ਹਾਂ ਜਾਂ ਡਾਟਰ ਮਦਰ ਨੂੰ ਪੂਰੀ ਤਰ੍ਹਾਂ ਜਾਣਦੇ ਉਹ ਵੀ ਮੈਨੂੰ ਲੱਗਦਾ ਕਈ ਵਾਰੀ ਮੇਰੇ ਨਾਲ ਹੋਇਆ ਮੈਂ ਇੰਝ ਦੀ ਗੱਲ ਕਰਾਂਗੀ ਕਿ ਉਹ ਯੂ ਨੋ ਅਸੀਂ ਇੰਝ ਕਰਦੇ ਤੇ ਕਹਿੰਦੀ ਨੋ ਆਈ ਵਾਂਟਡ ਦ ਐਗਜੈਕਟਲੀ ਸੇਮ ਵੇ ਬੇਸ਼ੱਕ ਉਹ ਇਸੀ ਸੀਰੀਜ਼ ਵਿੱਚ ਗੱਲ ਹੋਈ ਬਟ ਮੈਂ ਉਹਦੇ ਤੋਂ ਇਹ ਲਰਨ ਕੀਤਾ ਅਗਰ ਇਹ ਮਾਈਨਸ ਹੋ ਜਾਂਦਾ ਸ਼ਾਇਦ ਮੈਂ ਲਰਨ ਨਾ ਕਰਦੀ ਸੋ ਹਰ ਚੀਜ਼ ਦੀ ਪਰਸੈਪਸ਼ਨ ਜਿਹੜੀ ਹੈ ਨਾ ਹਰ ਇਨਸਾਨ ਦੀ ਪਰਸਨਲ ਹੈ ਬੜੀ ਅੰਦਰੂਨੀ ਹੈ ਸੋ ਜਿਸ ਤਰ੍ਹਾਂ ਅਸੀਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਉਸ ਤਰ੍ਹਾਂ ਹੀ ਅਸੀਂ ਕੌਣ ਰਿਗਰੈਟ ਕਰ ਰਿਹਾ ਕਿ ਨਹੀਂ ਕਰ ਸਕਦੇ ਇਹਨਾਂ ਦੀ ਗੱਲ ਹੋ ਰਹੀ ਹੈ ਕਿਉਂਕਿ ਉਹਨਾਂ ਨੇ ਗੱਲ ਕੀਤੀ ਹੈ ਲੇਟਰ ਜਿਵੇਂ ਇਹਨਾਂ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਉਹ ਕਰ ਰਹੀ ਹੈ ਦੈਟਸ ਅ ਡਿਫਰੈਂਟ ਸਟੋਰੀ ਬਟ ਵਾਕਈ ਦੂਸਰੀ ਗੱਲ ਟੋਪਿਕ ਵਾਸਤੇ ਜ਼ਰੂਰ ਹੈ ਕਿ ਹਾਂਜੀ ਲਰਨ ਕਰਨਾ ਆਉਣਾ ਚਾਹੀਦਾ ਕਿਤੇ ਨੋ ਕਹਿਣਾ ਕਿਉਂਕਿ ਤੁਸੀਂ ਅਗਰ ਨੋ ਕਹਿ ਰਹੇ ਹੋ ਚੰਗੇ ਬਣਨ ਵਾਸਤੇ ਸੋਸਾਇਟੀ ਦੇ ਡਰ ਨਾਲ ਜਾਂ ਫਿਰ ਨੋ ਕਹਿ ਨਹੀਂ ਸਕੇ ਤੁਹਾਨੂੰ ਕਹਿਣਾ ਨਹੀਂ ਆਇਆ ਬੜੀਆਂ ਸਾਰੀਆਂ ਸਿਚੁਏਸ਼ਨਸ ਵਿੱਚ ਯੂ ਨੋ ਕਿ ਤੁਸੀਂ ਮੈਂ ਵਿਆਹ ਇੱਥੇ ਕਰਨਾ ਸੀ ਪਰ ਮੈਂ ਨੋ ਕਹਿ ਨਹੀਂ ਸਕਿਆ ਜ਼ਿੰਦਗੀਆਂ ਖਰਾਬ ਹੋ ਗਈਆਂ ਉਸ ਨੋ 'ਚ ਮੈਨੂੰ ਅੱਜ ਤੱਕ ਨਹੀਂ ਸਮਝ ਆਈ ਜਦਕਿ ਮੇਰੇ ਕੋਲ ਪਰਸਨਲੀ ਕਿੰਨੇ ਰੀਜ਼ਨਸ ਕਿੰਨੇ ਕੇਸਿਸ ਇਹਦੇ ਆਏ ਹੈ ਕਿ ਪੇਰੈਂਟਸ ਨੇ ਜੀ ਕਿਹਾ ਅਤੇ ਮੈਂ ਨੋ ਨਹੀਂ ਕਹਿ ਸਕਿਆ ਕਿਉਂ ਕਿੰਨੀਆਂ ਜ਼ਿੰਦਗੀਆਂ ਉਹਦੇ ਨਾਲ ਖਰਾਬ ਹੋਈਆਂ ਸੋ ਕੁੜੀਆਂ ਦਾ ਵੀ ਮੁੰਡਿਆਂ ਦਾ ਵੀ ਬੜੇ ਸਾਰੇ ਇਸ ਤਰ੍ਹਾਂ ਦੇ ਨੋਜ਼ ਹੈ ਜਿਹੜੇ ਸਾਨੂੰ ਰਾਈਟ ਟਾਈਮ 'ਤੇ ਕਰਨੇ ਆਉਣੇ ਚਾਹੀਦੇ ਹੈ ਇਹਦੇ ਬਾਰੇ ਅਸੀਂ ਕਿਸੇ ਹੋਰ ਵਾਰੀ ਗੱਲ ਕਰਾਂਗੇ ਥੈਂਕ ਯੂ ਹਰਮਿੰਦਰ ਜੀ ਫੋਰ ਦਾ ਆਈਡੀਆ ਬਟ ਅਨਦਰ ਥਿੰਗ ਇਜ਼ ਕਿ ਜਿਹੜਾ ਰਿਗਰੈਟ ਹੈ ਵਾਕਈ ਉਹ ਜਿਹੜਾ ਯੂ ਨੋ ਆਪਣੇ ਆਪ ਦੀ ਅਹਿਮ ਨੂੰ ਛੋੜ ਕੇ ਪਿਆਰ ਨੂੰ ਪ੍ਰਾਇਰਟੀ ਦੇ ਕੇ ਕਿਉਂਕਿ ਅਸੀਂ ਸਾਰੇ ਯੂਨੀਵਰਸ ਦੇ ਵਿੱਚ ਨਾ ਐਕਚੁਲੀ ਅਸੀਂ ਸਾਰੇ ਹੈ ਕੀ ਹਾਂ ਨਿੱਕੇ ਨਿੱਕੇ ਜਿਹੇ ਉਹਦੇ ਪਾਰਟੀਕਲਸ ਹੀ ਹਾਂ ਪਰ ਅਸੀਂ ਆਪਣੇ ਆਪ ਨੂੰ ਪਤਾ ਨਹੀਂ ਕੀ ਸੋਚਦੇ ਹਾਂ ਔਰ ਕੋਈ ਅਲੱਗ ਨਹੀਂ ਹੈ ਬੇਸਿਕਲੀ ਇਟਸ ਆਲ ਜਸਟ ਵਨ ਔਰ ਅਸੀਂ ਆਪਣੇ ਹੀ ਇੱਕ ਦੇ ਨਾਲ ਹੀ ਇੰਨਾ ਕੰਜ਼ਿਊਮ ਹੋਏ ਹੋਏ ਹਾਂ ਫਲਾਣਾ ਮੇਰਾ ਹੈ ਫਲਾਣਾ ਓਪਰਾ ਹੈ ਫਲਾਣੇ ਨੂੰ ਪਿਆਰ ਕਰ ਸਕਦੇ ਹਾਂ ਫਲਾਣੇ ਨੂੰ ਨਹੀਂ ਕਰ ਸਕਦੇ ਉਹਦੇ 'ਚ ਇੰਨੀ ਐਨਰਜੀ ਕੰਜ਼ਿਊਮ ਹੋਈ ਹੋਈ ਹੈ ਕਿ ਜਿਹੜੀ ਕਿ ਬੈਟਰ ਥਿੰਗਸ ਅਸੀਂ ਕਰ ਸਕਦੇ ਹਾਂ ਉਹਦੇ ਵਾਸਤੇ ਸਾਡੇ ਕੋਲ ਟਾਈਮ ਐਨਰਜੀ ਔਰ ਐਫਰਟ ਹੀ ਨਹੀਂ ਹੈ ਸੋ ਇਸੀ ਪਿੱਛੇ ਆਈ ਰੀਅਲੀ ਲਾਈਕ ਦਿਸ ਯੂ ਨੋ ਸੇਇੰਗ ਕਿ ਆਪਣੇ ਆਪ ਨੂੰ ਛੋੜ ਕੇ ਸੇ ਆਈ ਲਵ ਯੂ ਮੋਰ ਆਫਨ ਟੂ ਐਵਰੀਬਡੀ ਯੂ ਮੀਟ ਐਂਡ ਮੀਨ ਇਟ ਜਸਟ ਕਹਿਣ ਵਾਸਤੇ ਨਹੀਂ ਉਹ ਤਿੰਨ ਵਰਡਸ ਦਾ ਫਰੇਜ਼ ਨੂੰ ਖਰਾਬ ਨਾ ਕਰੀਏ ਜਸਟ ਬਾਏ ਸੇਇੰਗ ਇਟ ਕਿ ਹਰ ਇੱਕ ਫੋਨ 'ਤੇ ਆਈ ਲਵ ਯੂ ਬਟ ਮੀਨ ਇਟ ਐਂਡ ਸੇ ਇਟ ਮੋਰ ਆਫਨ ਅੱਜ ਵਾਸਤੇ ਇੰਨਾ ਹੀ ਸਤਿ ਸ਼੍ਰੀ ਅਕਾਲ